ਰਤਾਰ ਸਿੰਘ ਦੁੱਗਲ ਦੀ ਕਹਾਣੀ ਇੱਕ ਫੈਸ਼ਨੇਬਲ ਕੁੜੀ ਚੈਨ ਦੀ ਤਲਾਸ਼ ਵਿੱਚ ਉਸ ਤੇ ਖਵੰਦ ਨੂੰ ਇੱਕ ਤਰੱਕੀ ਕੀ ਮਿਲੀ ਸੀ ਉਹਦੀ ਜ਼ਿੰਦਗੀ ਚ ਸਾਰਾ ਚੈਨ ਲੋਪ ਹੋ ਗਿਆ ਸੀ ਇੱਕ ਤਰੱਕੀ ਤੋਂ ਬਾਅਦ ਇੱਕ ਹੋਰ ਤਰੱਕੀ ਉਹ ਸੋਚਿਆ ਕਰਦੀ ਸੀ ਭਗਵਾਨ ਸਾਡੀ ਤਰੱਕੀ ਹੋ ਜਾਏ ਘਟਿਆ ਘਟਿਆ ਅਸਰਾਂ ਦੀਆਂ ਖੁਸ਼ ਆਮਦਾ ਕਰਦੇ ਉਹ ਥੱਕ ਗਏ ਸਨ ਨਾਲੇ ਹਮੇਸ਼ਾ ਉਹਨੂੰ ਇੱਕ ਪਟਕੰਝੀ ਲੱਗੀ ਰਹਿੰਦੀ ਇੱਕ ਪੌੜੀ ਹੋਰ ਇੱਕ ਪੌੜੀ ਹੋਰ ਤੇ ਉੱਤੇ ਧੁਰ ਤੇ ਪੁੱਜ ਜਾਣਗੀ ਤੇ ਮੰਜ਼ਿਲ ਦਿਸ ਪਈ ਦੀ بےبلتا او محنت ਵੀ ਕਰਦੇ افਸਰਾਂ ਨੂੰ خوش ਵੀ ਰੱਖਦੇ ਈਸ਼ਵਰ ਅਗੇ ਹੱਥ ਵੀ ਜੋੜਦੇ ਕਿਸੇ ਤਰ੍ਹਾਂ ਇਸ ਮਾਤ ਖੇਤੇ ਦੀ ਜਿੱਲ੍ਹਾਂ ਵਿੱਚੋਂ ਨਿਕਲ ਜਾਣਾ ਉਹ سوچਦੀ ਧੁਰਤੇ ਪੁੱਜ ਕੇ ਕਿੰਨਾ ਚੈਨ ਹੋਏਗਾ ਦੀ ਇਸ ਕਾਂਵਾ ਰੋਲੀ ਤੋਂ ਉਹਦੇ ਕੰਨ ਵੀ ਪੱਕ ਗਏ ਸਨ ਢੜੀ ਘਟੀਆਂ ਘਟੀਆਂ افਸਰ ਆਪਸ ਵਿੱਚ ਖੋਹਾਖਾ ਹੀ ਕਰਦੇ ਰਹਿੰਦੇ ਉੱਤੋਂ ਫਰਮਾਨ ਆਉਂਦੇ ਰਹਿੰਦੇ ਇੱਕ ਕੰਮ ਕਰੋ ਇੱਕ ਹੋਰ ਲਈ ਫਰਮਾਇਸ਼ ਪੁੱਜ ਜਾਂਦੀ ਇੱਕ ਦੌੜ ਹਰ ਕੋਈ ਇਸ ਦੌੜ ਚ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ ਕੰਮ ਕਰਨ ਦੀ ਦੌੜ ਹਾਕਮ ਨੂੰ ਖੁਸ਼ ਰੱਖਣ ਦੀ ਦੌੜ ਦਿਨ ਰਾਤ ਦਿਨ ਰਾਤ ਤਰੱਕੀ ਲਈ ਸੋਚਣ ਦੀ ਦੌੜ ਉਹ ਸੋਚਦੀ ਧੁਰ ਉੱਤੇ ਪੁੱਜ ਕੇ ਕਿੰਨੀ ਸ਼ਾਂਤੀ ਹੋਏਗੀ ਹੀਠਾਂ ਦਾ ਸ਼ੋਰ ਸਭ ਹੀਟ ਰਹਿ ਜਾਏਗਾ ਦਿੱਲੀ ਇੰਨੀ ਦੂਰ ਸੀ ਦਿੱਲੀ ਤੋਂ ਆਵਾਜ਼ ਪਹੁੰਚਦੀ 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 ਦਿੱਲੀ ਤੋਂ ਵੱਡਾ ਦਫ਼ਤਰ ਸੀ ਵੱਡੇ ਦਫ਼ਤਰ ਦੀ ਮਾਤ ਹਿੱਤੀ ਚ ਇੱਕ ਮਜ਼ਾ ਹੈ ਉੰਜ ਪੌੜੀਆਂ ਕਦੀ ਖਤਮ ਵੀ ਹੋਈਆਂ ਨਹੀਂ ਵੱਡੇ ਦਫ਼ਤਰ ਵਾਲਿਆਂ ਉੱਤੇ ਵੀ ਕੋਈ ਸੀ ਜਿਹੜਾ ਉਹਨਾਂ ਉੱਤੇ ਸੀ ਉੱਤੇ ਉੱਤੇ ਵੀ ਕੋਈ ਸੀ ਫਿਰ ਉਸ ਦੇ ਉੱਤੇ ਕੋਈ ਹੋਰ ਉਤੋਂ ਵੀ ਉੱਤੇ ਕੋਈ ਹੋਰ ਬਸ ਉਹਨਾਂ ਨੂੰ ਤੇ ਆਪਣੇ ਇਸ ਪ੍ਰਦੇਸ਼ਕ ਦਫ਼ਤਰ ਦੀ ਹੁਕਮਰਾਨੀ ਮਿਲ ਜਾਏ ਉਹ ਸਬਰ ਸ਼ੁਕਰ ਕਰ ਲੈਣਗੇ ਆਪਣੇ ਇਸ ਦਫ਼ਤਰ ਦਾ ਸਭ ਤੋਂ ਵੱਡਾ ਅਫਸਰ ਤੇ ਉਹ ਸਵਾਦ ਸਵਾਦ ਹੋ ਜਾਂਦੀ ਉਹਦਾ ਖਾਵੰਦ ਆਪਣੇ ਦਫ਼ਤਰ ਦਾ ਡਾਇਰੈਕਟਰ ਬਣ ਜਾਏ ਫਿਰ ਉਹ ਮੰਜ਼ਿਲ ਤੇ ਪੁੱਜ ਜਾਣਗੇ ਸ਼ਾਂਤ ਅਡੋਲ ਪਰ ਸਕੂਨ ਜ਼ਿੰਦਗੀ ਕਿੰਨਾ ਮਨ ਕਿੰਨਾ ਚੈਨ ਹੋਏਗਾ ਤੇ ਉਹ ਥੱਕੀ ਥੱਕੀ ਸੁਪਨਿਆਂ ਚ ਗੜੂੰਦ ਪਈ ਰਹਿੰਦੀ ਤੇ ਫਿਰ ਉਹਦਾ ਖਾਵੰਦ ਉਹ ਕੁਝ ਬਣ ਗਿਆ ਜੋ ਕੁਝ ਚਾਹੁੰਦੀ ਸੀ ਆਪਣੇ ਦਫਤਰ ਦਾ ਸਭ ਤੋਂ ਵੱਡਾ ਅਫਸਰ ਅੱਗੇ ਅਰਦਲੀ ਪਿੱਛੇ ਚਪੜਾ ਸੀ ਕੰਮ ਕਰਨ ਲਈ ਢੇਰ ਸਾਰੇ ਮਾਹਿੱਤ ਇੰਨਾ ਵੱਡਾ ਕਮਰਾ ਸੀ ਉਹਦਾ ਚਿੜੀ ਦਾ ਖੰਭ ਨਹੀਂ ਫੜਕ ਸਕਦਾ ਸੀ ਪਰਦੇ ਚਿਕਾਂ ਦਰਬਾਨ ਕੰਟੀਆਂ ਟੈਲੀਫੋਨ ਖੁਫੀ ਆਲਮਾਰੀ ਦੀਆਂ ਚਾਬੀਆਂ ਜੀ ਚਾਹੇ ਤੇ ਕਿਸੇ ਨੂੰ ਮਿਲਣ ਲਈ ਬੁਲਾ ਲਿਆ ਨਾ ਜੀ ਚਾਹੇ ਤੇ ਘੰਟਿਆਂ ਬੱਧੀ ਚੁੱਪਚਾਪ ਇੱਧਾ ਇਕੱਲਾ ਬੈਠਾ ਰਿਹਾ ਟੈਲੀਫੋਨ ਚੁੱਕ ਕੇ ਘਰ ਬੱਚੇ ਨਾਲ ਗੱਲਾਂ ਕਰਨ ਲੱਗ ਪਿਆ بیوی ਤੋਂ ਪੁੱਛ ਲਿਆ ਦੁਪਹਿਰ ਨੂੰ ਕੀ ਪੱਕ ਰਿਹਾ ਹੈ ਸ਼ਾਮੀ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਹਾਈ ਜ਼ਿੰਦਗੀ ਕਿੰਨੀ ਪਿਆਰੀ ਸੀ ਮਾਤ ਹੇਤੀ ਦੇ ਦਿਨਾਂ 'ਚ ਤੇ ਉਹਨੂੰ ਕਦੀ ਅਖਬਾਰ ਪੜ੍ਹਨ ਦੀ ਵੇਲ ਨਹੀਂ ਮਿਲਦੀ ਸੀ ਉਧਰੋਂ ਅਖਬਾਰ ਆਈ ਇੱਧਰ ਇੱਕ ਤਾਵਲੀ ਨਜ਼ਰ ਉਸ ਮਾਰੀ ਤੇ ਫਿਰ ਕੋਈ ਕੰਮ ਉਹਨੂੰ ਚੇਤੇ ਆ ਜਾਂਦਾ ਸੀ ਮਾਥੇਤੀ ਦੇ ਦਿਨਾਂ 'ਚ ਤੇ ਉਸ ਆਪਣੇ ਬੱਚਿਆਂ ਨੂੰ ਕਦੀ ਹੱਸ ਕੇ ਨਹੀਂ ਬੁਲਾਇਆ ਸੀ ਉਧਰੋਂ ਹੀ ਉਹਦੇ ਕੋਲ ਆਉਂਦੇ ਇਧਰ ਲੱਖ ਉਹਨਾਂ ਦੀਆਂ ਲੋੜਾਂ ਮੰਗਾ ਫਰਮਾਇਸ਼ਾਂ ਨੂੰ ਚੀਤੇ ਆ ਜਾਂਦੀਆਂ ਤੇ ਉਹ ਸ਼ਸ਼ਧਰ ਜਿਹਾ ਹੋ ਕੇ ਰਹਿ ਜਾਂਦਾ ਮਾਥੇਤੀ ਦੇ ਦਿਨਾਂ 'ਚ ਆਪਣੀ ਤ੍ਰੀਮਤ ਕੋਲ ਜਦੋਂ ਬੈਠਦਾ ਉਹਨੂੰ ਲੱਗਦਾ ਜਿਵੇਂ ਉਹ ਮੁਜਰਮ ਹੋਵੇ ਇੰਨੇ ਵੱਡੇ ਪਿਓ ਦੀ ਧੀ ਇੱਕ ਮਾਮੂਲੀ ਜੇ ਸਰਕਾਰੀ ਕਰਮਚਾਰੀ ਦੀ ਪਤਨੀ ਬਣੀ ਹੋਈ ਸੀ ਉਹਦਾ ਨਿੱਕਾ ਭਰਾ ਕਿੰਨਾ ਵੱਡਾ ਅਫਸਰ ਸੀ ਉਦੇ ਖਾਵੰਦ ਜਏ ਕਈ ਉਹਦੇ ਹੇਠ ਕੰਮ ਕਰਦੇ ਸਨ ਉਹ ਸੋਚਦਾ ਉਹਦੇ ਮੂੰਹ ਦਾ ਸਾਰਾ ਸਵਾਦ ਖਰਾਬ ਹੋ ਜਾਂਦਾ ਮਾਤ ਖੇਤੀ ਵਿੱਚ ਉਹ ਸਪਨੇ ਆਪੇ ਦਾ ਖਿਆਲ ਵੀ ਤੇ ਕਦੀ ਨਹੀਂ ਰੱਖਿਆ ਸੀ ਨਾ ਢੰਗ ਦਾ ਕੱਪੜਾ ਪਾਣਾ ਨਾ ਢੰਗ ਦਾ ਖਾਣਾ ਖਾਣਾ ਹਰ ਕੰਮ ਚ ਤਾਵਲ ਹਰ ਗੱਲ ਚ ਛੇਤੀ ਹਰ ਰੋਜ਼ ਦੇਰੀ ਹੋ ਜਾਂਦੀ ਹਰ ਮਾਮਲਾ ਉਚੇਚਾ ਹਰ ਮਿਸਲ ਤੁਰਤ ਮੰਗਦੀ ਤੇ ਹੁਣ ਜਦ ਉਸ ਦਾ ਖਾਵੰਦ ਉਹ ਕੁਝ ਹੋ ਗਿਆ ਸੀ ਜੋ ਕੁਝ ਉਹ ਚਾਹੁੰਦੀ ਸੀ ਉਹ ਸੋਚਦੀ ਜ਼ਿੰਦਗੀ ਇੱਕ ਝੀਲ ਦੀ ਤਰ੍ਹਾਂ ਸ਼ਾਂਤ ਤੇ ਅਡੋਲ ਕੋਕੇ ਰਹਿ ਜਾਏਗੀ ਤੇ ਉਹਦੀਆਂ ਅੱਖੀਆਂ ਦੇ ਸਾਹਮਣੇ ਫੁਰ ਸਕੂਨ ਆਕਾਸ਼ ਵਿੱਚ ਉੱਡ ਰਹੀ ਇੱਕ ਅਬਾਬੀਲ ਦਾ ਚਿੱਤਰ ਘੁੰਮਣ ਲੱਗ ਪੈਂਦਾ ਟਿਕਾਣੀ ਤੇ ਪੁੱਜੀ ਕੋਈ ਨਾਵ ਪਾਣੀ ਦੀ ਹਿੱਕ ਤੇ ਸੁੱਤੀ-ਸੁੱਤੀ ਪੱਕੀ ਹੋਈ ਅੰਗੂਰ ਦੀ ਵੇਲ ਆਪਣੀ ਮਿਠਾਸ ਦੇ ਨਸ਼ੇ 'ਚ ਮਦਹੂਸ਼ ਪਰ ਚਾਰ ਦਿਨ ਨਵੀਂ ਅਫਸਰੀ ਦਾ ਹੁਲਾਰਾ ਤੇ ਉਹਨੂੰ ਲੱਗਦਾ ਜਿਵੇਂ ਉਹਦਾ ਸਾਰਾ ਨਸ਼ਾ ਟੁੱਟ-ਟੁੱਟ ਰਿਹਾ ਹੋਵੇ ਉਨੂੰ ਸਭ ਕੁਝ ਮਿਲ ਗਿਆ ਸੀ ਜੋ ਉਸ ਮੰਗਿਆ ਸੀ ਪਰ ਚੈਨ ਜਿਵੇਂ ਉਹਦੀ ਜ਼ਿੰਦਗੀ ਚੋਂ ਖਤਮ ਹੋ ਗਿਆ ਹੋਵੇ ਇੱਕ ਅਜੀਬ ਪਟਕਣ ਇੱਕ ਅਜੀਬ ਮਸਰੂਫੀਅਤ ਅੱਠੇ ਪੈਰ ਨੂੰ ਚਿਮੜੀ ਰਹਿੰਦੀ ਕਦੀ ਕਦੀ ਉਹ ਸੋਚਦੀ ਉਸ ਕੀਏ ਬਿਮਾਰੀ ਮੁੱਲ ਲੈ ਲਈ ਸੀ ਪਹਿਲੇ ਕੁਝ ਦਿਨ ਨਵੀਂ ਅਫਸਰੀ ਲਈ ਘਰ ਸਜਾਣ ਬੱਚਿਆਂ ਨੂੰ ਸਵਾਰਨ ਸਿੱਖਰਣ ਆਪਣੀਆਂ ਨਿੱਜ ਦੀਆਂ ਨਵੀਆਂ ਲੋੜਾਂ ਪੂਰੀਆਂ ਕਰਨ ਚ ਬੀਤ ਗਏ ਤੇ ਫਿਰ ਜਿਵੇਂ ਕੋਈ ਮੂਹ ਦੇ ਸਿਰ ਉਠਾਠਾ ਮਾਰ ਰੇ ਸਾਗਰ ਚ ਕੁੱਦ ਪਵੇ ਇੱਕ ਅਜੀਬ ਚੱਕਰ ਚ ਫਸ ਗਏ ਸਨ ਟੈਲੀਫੋਨ ਹੀ ਨਹੀਂ ਸੀ ਮਾਣ ਹੁਣ ਸੁਣੋ ਹੁਣ ਫੇਰ ਘੰਟੀ ਵੱਜਣ ਲੱਗ ਪੈਂਦੀ ਤੇ ਜੇ ਅੱਕ ਕੇ ਕਦੀ ਉਹ ਕਹਿੰਦੀ ਮੈਂ ਟੈਲੀਫੋਨ ਨਹੀਂ ਸੁਣਾਂਗੀ ਤਾਂ ਘੰਟੀ ਨੂੰ ਵੱਜਣੋਂ ਤੇ ਕੋਈ ਨਹੀਂ ਰੋਕ ਸਕਦਾ ਸੀ ਇੱਕ ਬੰਦ ਕਰਦਾ ਕੋਈ ਹੋਰ ਟੈਲੀਫੋਨ ਕਰ ਰਿਆ ਹੁੰਦਾ ਟੈਲੀਫੋਨ ਕਿਵੇਂ ਉਹ ਨਾ ਸੁਣਦੀ ਇੰਨੇ ਵੱਡੇ ਅਫਸਰ ਨੂੰ ਇੰਨੇ ਵੱਡੇ ਅਫਸਰ ਟੈਲੀਫੋਨ ਕਰਦੇ ਸਨ ਇੰਨੇ ਵੱਡੇ ਵੱਡੇ ਮਾਮਲੇ ਉਹਨਾਂ ਨੂੰ ਸੁਲਝਾਣੇ ਪੈਂ ਹੁੰਦੇ ਸਨ ਪਤਾ ਨਹੀਂ ਕਿਸ ਵੇਲੇ ਕੀ ਹੋ ਜਾਏ ਟੈਲੀਫੋਨ ਕਿਵੇਂ ਉਹ ਨਾ ਸੁਣਦੀ ਕੀ ਪਤਾ ਸੀ ਇਹ ਘੰਟੀ ਕਿਹੜੀ ਵੱਜ ਰਹੀ ਹੈ ਦਿੱਲੀ ਤੋਂ ਕੋਈ ਸੁਨੇਹਾ ਸੀ ਕੀ ਪਤਾ ਸੀ ਇਹ ਘੰਟੀ ਕਿਹੜੀ ਵੱਜ ਰਹੀ ਹੈ ਕਮਿਸ਼ਨਰ ਦੇ ਘਰੋਂ ਰਾਤ ਨੂੰ ਖਾਣੇ ਦਾ ਨਿਮੰਤਰਣ ਸੀ ਕੀ ਪਤਾ ਹੈ ਕਿਹੜੀ ਘੰਟੀ ਵੱਜ ਰਹੀ ਹੈ ਉਹਦੇ ਆਪਣੇ ਖਾਵਨ ਦੀ ਸੀ ਸ਼ਾਮੀ ਚਾਹ ਤੇ ਨਹੀਂ ਸੀ ਉਹ ਪੁੱਜ ਸਕੇਗਾ ਕੋਈ ਮਿਲਣ ਵਾਲੇ ਆ ਰਹੇ ਸਨ ਤੇ ਚਾਹ ਦੱਤ ਉਹਨਾਂ ਨਾਲ ਹੀ ਉਹ ਪੀ ਰਿਹਾ ਸੀ ਟੈਲੀਫੋਨ ਵੱਜਣ ਵੇਲੇ ਥੋੜਾ ਪਤਾ ਹੁੰਦਾ ਉਧਰ ਕੌਣ ਟੈਲੀਫੋਨ ਕਰ ਰਿਹਾ ਹੈ ਉਹਦੇ ਮਨ 'ਚ ਕੀ ਹੈ ਤੋ ਟੈਲੀਫੋਨ ਸੁਣਦੀ ਰਹਿੰਦੀ ਇਹਨਾਂ 'ਚ ਗਲਤ ਨੰਬਰ ਵੀ ਹੁੰਦੇ ਅਨਪੜ੍ਹ ਲੋਕ ਕੰਮ ਦਫਤਰ ਦੇ ਵੱਡੇ ਬਾਬੂ ਨਾਲ ਤੇ ਟੈਲੀਫੋਨ ਡਾਇਰੈਕਟਰ ਦੇ ਘਰ ਉਹਨਾਂ ਦੀਆਂ ਵਗਾਰਾਂ ਵੀ ਹੁੰਦੀਆਂ ਜ਼ਰਾ ਪਿਛਲੀ ਕੋਠੀ 'ਚ ਇਹ ਸੁਨੇਹਾ ਭੇਜ ਦੇਣਾ ਇਹਨਾਂ 'ਚ ਮੁਲਾਕਾਤਾਂ ਹੁੰਦੀਆਂ ਪੁੱਛਾਂ ਹੁੰਦੀਆਂ ਸ਼ਾਮ ਨੂੰ ਆਉਣਾ ਤੇ ਦੁਪਹਿਰ ਨੂੰ ਵਕਤ ਮੰਗਿਆ ਜਾ ਰਿਹਾ ਦੁਪਹਿਰ ਨੂੰ ਜਦੋਂ ਹੁਣੇ ਹੀ ਉਹ ਥੱਕ ਟੁੱਟ ਕੇ ਲੇਟੀ ਸੀ ਝਟ ਘੜੀ ਲਈ ਲੱਕ ਸਿੱਧਾ ਕਰਨ ਲਈ ਟੈਲੀਫੋਨ ਦੀ ਘੰਟੀ ਨਾਲ ਤੇ ਉਹਦੀ ਚਿੜ ਹੋ ਗਈ ਸੀ

ਇੰਨੇ ਵੱਡੇ ਅਫਸਰ ਦੀ ਤ੍ਰਿਮਤ ਉਹ ਕਿਵੇਂ ਇੰਜ ਕਰ ਸਕਦੀ ਸੀ ਨਹੀਂ ਠਰਮਾ ਮਿੱਠਤ ਸੁਬਾਹ ਦੀ ਕੋਮਲਤਾ ਇਹ ਗੁਣ ਨਹੀਂ ਹੱਥੋਂ ਜਾਣ ਦੇਗੀ ਤੇ ਫਿਰ ਮਸਨੂਈ ਮੁਸਕਾਨਾਂ ਆਪਣੀਆਂ ਬੁੱਲੀਆਂ ਤੇ ਖਡਾਉਂਦੀ ਉਹ ਆਪਣੇ ਇਸ ਨਵੇਂ ਜ਼ਿੰਦਗੀ ਦੇ ਨਾਟਕ 'ਚ ਅਭਿਨੇ ਕਰਨ ਲੱਗ ਪੈਂਦੀ ਔਰ ਸਭ ਕੁਝ ਉਹ ਕਰ ਸਕਦੀ ਸੀ ਪਰ ਜਿਹੜਾ 8 ਵਜੇ ਅਪਾਇੰਟਮੈਂਟ ਸਤਾੰਤਾ ਬੱਜਾ ਰਹਿੰਦਾ ਇਹ ਤੋਂ ਨੱਕ 'ਚ ਦਮ ਆ ਗਿਆ ਸੀ ਜਦ ਮੁਲਾਕਾਤੀ ਉਹਨਾਂ ਦੇ ਆਉਂਦੇ ਰਹਿੰਦੇ ਜੈ ਲੋਕਾਂ ਦੇ ਟੁਰੇ ਰਹਿੰਦੇ ਜਿਹੜਾ ਨਾਲ ਦਾ ਅਫਸਰ ਮਿਲ ਕੇ ਜਾਏ ਉਹਦੇ ਮਿਲਣ ਤੇ ਜਾਣਾ ਹੀ ਹੋਇਆ ਜਿਹੜਾ ਚਾਹ ਤੇ ਬੁਲਾਏ ਉਹਨੂੰ ਆਪਣੀ ਚਾਹ ਤੇ ਬੁਲਾਉਣਾ ਜ਼ਰੂਰੀ ਸੀ ਰਾਤ ਦੇ ਖਾਣੇ ਤੋਂ ਤਾਂ ਇੱਕ ਤੋਂ ਬਾਅਦ ਇੱਕ ਕਦੀ ਕਲੱਬ ਕਦੀ ਹੋਟਲ ਕਦੀ ਕਿਸੇ ਦੇ ਘਰ ਉਹੀ ਮਸਾਲੇਦਾਰ ਮੁਰਗੀ ਤਲੀ ਮੱਛਲੀ ਪਿਸ਼ਾਰੀ ਨਾਨ ਫਰੂਟ ਸਲਾਦ ਤੇ ਤੇ ਕਾਫੀ ਅਫਸਰਾਂ ਦੀ ਸ਼੍ਰੇਣੀ 'ਚ ਦਵਤਾਈ ਕੋਈ ਮੀਨੋਸੀ ਤੇ ਹਿੰਦੁਸਤਾਨੀ ਅਪਸਰਾਂ ਦੀਆਂ ਤ੍ਰੀਮਤਾਂ ਸੁਰਖੀ ਪਾਊਡਰ ਨਾਲ ਪੁੱਤੇ ਹੋਏ ਉਹਨਾਂ ਦੇ ਚਿਹਰੇ ਡਰਦੀਆਂ ਖਾਣਾ ਚੰਗੀ ਤਰ੍ਹਾਂ ਨਾ ਖਾਂਦੀਆਂ ਕਿਤੇ ਲਿਪਸਟਿਕ ਨਾ ਲਹਿ ਜਾਏ ਖਿੜਖੜਾ ਕੇ ਹੱਸ ਨਾ ਸਕਦੀਆਂ ਕਿਤੇ ਸੂਈਆਂ ਕੰਟਿਆਂ ਨਾਲ ਜਮਾਏ ਵਾਲ ਨਾ ਉਖੜ ਜਾਣ ਹਰ ਚੀਜ਼ ਬਨੌਟੀ ਚਿਹਰੇ ਬਨੌਟੀ ਹੁਸਨ ਬਨੌਟੀ ਮੁਸਕਾਨਾ ਬਨੌਟੀ ਕੁਝ ਕਿਤਾਬਾਂ ਚੋਂ ਪੜ੍ਹਿਆ ਕੁਝ ਬਾਜ਼ਾਰੋਂ ਖਰੀਦਿਆ ਹਾਂ ਹਾਂ ਹੋਰ ਸਭ ਕੁਝ ਉਹ ਕਰ ਸਕਦੀ ਸੀ ਪਰ ਇਹ ਜਿਹੜਾ ਚੈਨ ਉਹਦੀ ਜ਼ਿੰਦਗੀ ਚੋਂ ਲੋਪ ਹੋ ਗਿਆ ਸੀ ਇਹ ਤੋਂ ਬੜੀ ਚਿੰਤਾਤੁਰ ਸੀ ਕੋਈ ਗੱਲ ਵੀ ਹੋਈ ਜਾਂ ਉਹਦਾ ਪਤੀ ਦਫ਼ਤਰ ਹੁੰਦਾ ਜਦੋਂ ਘਰ ਆਉਂਦਾ ਤੇ ਦਫ਼ਤਰ ਦੇ ਲੈਡ ਉਹਦੇ ਨਾਲ ਘਰ ਟੁਰੇ ਆਉਂਦੇ ਕੋਈ ਗੱਲ ਵੀ ਹੋਈ ਇੱਕ ਮਿੰਟ ਦਾ ਚੈਨ ਨਹੀਂ ਟੈਲੀਫੋਨਾਂ ਤੋਂ ਮਿਲਣ ਵਾਲਿਆਂ ਤੋਂ ਮਿਲਣ ਜਾਣ ਦੀਆਂ ਤਿਆਰੀਆਂ ਤੋਂ ਕੋਈ ਗੱਲ ਵੀ ਹੋਈ ਉਹ ਸਹਿ ਕੀ ਗਈ ਸੀ ਕਿ ਕੋਈ ਸ਼ਾਮ ਉਹਨਾਂ ਦੀ ਇਕੱਲੀ ਹੋਵੇ ਉਹਦਾ ਖਾਵਨ ਅਖਬਾਰ ਲੈ ਕੇ ਆਰਾਮ ਕੁਰਸੀ ਤੇ ਸੁਸਤਾਵੇ ਉਹਦੇ ਕੋਲ ਇੱਕ ਹੋਰ ਕੁਰਸੀ ਤੇ ਬੱਚੇ ਦਾ ਸਵੈਟਰ ਉਣਦੀ ਉਹ ਬੈਠੇ ਸਾਹਮਣੇ ਲੌਂਚ ਬੱਚੇ ਖੇਡ ਰਹੇ ਹੋਣ ਕਿਤੇ ਜਾਣਾ ਨਾ ਹੋਵੇ ਕੋਈ ਟੈਲੀਫੋਨ ਨਾ ਆਵੇ ਬਾਹਰ ਦੂਜੇ ਪਾਸੇ ਵਾਰਾਂਡੇ 'ਚ ਕੋਈ ਮੁਲਾਕਾਤੀ ਉਡੀਕ ਨਾ ਰਿਹਾ ਹੋਵੇ ਪਰ ਇਸ ਤਰ੍ਹਾਂ ਦਾ ਇੱਕ ਪਲ ਚੈਨ ਦਾ ਉਹਨੂੰ ਕਿੰਨੇ ਚਿਰਾਂ ਤੋਂ ਨਸੀਬ ਨਹੀਂ ਹੋਇਆ ਸੀ ਤੇ ਉਹ ਚੈਨ ਦੀ ਤਲਾਸ਼ ਅੱਖਾਂ ਟੱਡੀ ਇੱਧਰ ਉੱਧਰ ਵੇਖਦੀ ਰਹਿੰਦੀ ਅਜੀਬ ਮੁਸੀਬਤ ਸੀ ਕਿਉਂਕਿ ਉਹਦੀ ਆਂਡਣਾ ਗੁੰੰਢਣਾ ਸਜਦੀਆਂ ਸਨ ਉਹਨੂੰ ਵੀ ਸਜਣਾ ਪੈਂਦਾ ਸੀ ਉਹਨਾਂ ਜਿੰਨਾ ਨਾਂ ਸੀ ਕੁਝ ਤੇ ਕਰਨਾ ਹੀ ਹੁੰਦਾ ਸੀ ਤੇ ਫੈਸ਼ਨ ਸੜੇ ਨਿਤ ਬਦਲਦੇ ਰਹਿੰਦੇ ਸਨ ਤੇ ਫਿਰ ਉਹ ਕਿਸੇ ਤੋਂ ਘੱਟ ਥੋੜੀ ਸੀ ਇੰਨੇ ਵੱਡੇ ਅਫਸਰ ਦੀ ਤ੍ਰਿਮਕ ਸੀ ਜੇ ਸੋਹਣੀਆਂ ਔਰਤਾਂ ਦੀ ਚਰਚਾ ਹੁੰਦੀ ਤਾਂ ਉਸ ਵਿੱਚ ਉਹਦਾ ਜ਼ਿਕਰ ਆਉਣਾ ਜ਼ਰੂਰੀ ਸੀ ਸੋਸਾਇਟੀ ਦੀਆਂ ਵਧੇਰੇ ਫੈਸ਼ਨੇਬਲ ਕੁੜੀਆਂ ਕਟੇ ਹੋਏ ਵਾਲ ਸਿਗਰਟ ਪੀਣ ਦੀਆਂ ਸ਼ੌਕੀਨ ਸ਼ਰਾਬ ਤੋਂ ਕੋਈ ਖਾਸ ਪਰਹੇਜ਼ ਨਹੀਂ ਹਮੇਸ਼ਾ ਇਸ ਤਰ੍ਹਾਂ ਦੀਆਂ ਕੁੜੀਆਂ ਵੱਖ ਹੋ ਕੇ ਬੈਠਦੀਆਂ ਕਲੱਬ ਵਿੱਚ ਕਿਸੇ ਦੇ ਘਰ ਦਾਵਤ ਵਿੱਚ ਤੈ ਉਹ ਕਿਵੇਂ ਬਰਦਾਸ਼ਤ ਕਰ ਸਕਦੀ ਉਹਨਾਂ ਵਿੱਚ ਉਹ ਨਾ ਹੋਵੇ ਅੰਗਰੇਜ਼ੀ ਉਹ ਬੋਲਦੇ ਸੀ ਗੋਰਾ ਰੰਗ ਕੱਦ ਬੁੱਤ ਵਧੀਆ ਉਹ ਕਿਸ ਤੋਂ ਘੱਟ ਸੀ ਧੁੱਪ ਦੀਆਂ ਕਾਲੀਆਂ ਅੱਖਾਂਾਂ ਲਾ ਕੇ ਬੈਠਣਾ ਵਾਲਾਂ ਵਿੱਚ ਪਰਾਂ ਦੀ ਲੁਕਾ ਕੇ ਢੇਰ ਸਾਰਾ ਮੋਟਾ ਜੂੜਾ ਕਰ ਲੈਣਾ ਬੋਲਣ ਤੋਂ ਪਹਿਲਾਂ ਗੱਲਾਂ ਨੂੰ ਗੁੱਲਿਆ ਲੈਣਾ ਉਹਨੂੰ ਸਭ ਕੁਝ ਆਉਂਦਾ ਸੀ ਉਹ ਕਿਤੋਂ ਘੱਟ ਸੀ ਘੰਟਿਆਂ ਬੱਧੀ ਬੈਠੀਆਂ ਨੌਕਰਾਂ ਦੀ ਕਿਸੇ ਕਰਦੇ ਰਹਿਣਾ ਮੋਟਰਾਂ ਦੀਆਂ ਕਹਾਣੀਆਂ ਸੁਣਾਉਂਦੇ ਰਹਿਣਾ ਮੌਸਮ ਦਾ ਜ਼ਿਕਰ ਛੇੜ ਦੇਣਾ ਗਰਮੀ ਜ਼ਿਆਦਾ ਸੀ ਗਰਮੀ ਜ਼ਿਆਦਾ ਨਹੀਂ ਸੀ ਵਰਖਾ ਹੋਏਗੀ ਵਰਖਾ ਜੇ ਬੜੀ ਦੂਰ ਸੀ ਪੜੀ ਲਿਖੀ ਹਰ ਗੱਲ 'ਚ ਇੱਕ ਕਦਮ ਹੋਰ ਨਾ ਤੋਂ ਅੱਗੇ ਆਖਰ ਕਿਸੇ ਤੋਂ ਪਿੱਛੇ ਹੁੰਦੀ ਵੀ ਕਿਉਂ ਤੇ ਇਸ ਦੌੜ ਵਿੱਚ مشغول ਉਹ ਡਾਡੀ ਥੱਕ ਗਈ ਸੀ ਸਭ ਕੁਝ ਸੀ ਪਰ ਚੈਨ ਨਹੀਂ ਸੀ ਇੱਕ ਸਾਦਾ ਮਨ ਜ਼ਿੰਦਗੀ ਇੱਕ ਤਯੰਤ ਸੁੰਦਰ ਰੁੱਖਾਂ ਦੀ ਲੜੀ ਹੋ ਕੇ ਰਹਿ ਗਈ ਸੀ ਅਜੇ ਰੁਖ ਜਿਨਾ ਹੇਠ ਛਾਣੀ ਸੀ ਕਿ ਕਿਤੇ ਕੋਈ ਸੁਸਤਾ ਸਕੇ ਉਹ ਸੋਚਦੀ ਕੋਈ ਘੜੀ ਦਾ ਆਦਮੀ ਦੀ ਆਪਣੀ ਹੋਣੀ ਚਾਹੀਦੀ ਹੈ ਕੋਈ ਛਣ ਜਿਹਨੂੰ ਕੋਈ ਆਪਣਾ ਕਹਿ ਸਕੇ ਕਿਸੇ ਦਿਨ ਤੇ ਸ਼ੇਪ ਬਣਾਉਣ ਬੈਠੇ ਉਹਦੇ ਪਤੀ ਨੂੰ ਇਹ ਕਾਲ ਨਾ ਹੋਵੇ ਕਿ ਬਾਹਰ ਕੋਈ ਮਿਲਣ ਵਾਲਾ ਉਡੀਕ ਰਿਹਾ ਸੀ ਕਿਤੇ ਪੁੱਜਣਾ ਸੀ ਤੇ ਵਕਤ ਕਦੋਂ ਦਾ ਹੋ ਗਿਆ ਸੀ ਕਿਸੇ ਨੇ ਆਉਣਾ ਸੀ ਤੇ ਉਹਦੇ ਆਉਣ 'ਚ ਸਮਾਂ ਨਹੀਂ ਕੋਈ ਬਾਕੀ ਸੀ ਕਿਸੇ ਦਿਨ ਉਹ ਕੇਸ ਧੋਏ ਤੇ ਸਾਰਾ ਦਿਨ ਉਹਦੇ ਖੁੱਲੇ ਵਾਲ ਉਹਦੀਆਂ ਉਦੇ ਮੋਢਿਆਂ ਤੇ ਪਏ ਰਹਿਣ। ਉਹਦੇ ਖਾਵੰਦ ਨੂੰ ਖੁੱਲੇ ਵਾਲ ਕਿੰਨੇ ਚੰਗੇ ਲੱਗਦੇ ਸਨ। ਕਿਸੇ ਦਿਨ ਉਹ ਹੋਠਾਂ ਤੇ ਕੇਵਲ ਲਿਪਸਟਿਕ ਲਗਾਏ। ਚਿਹਰੇ ਤੇ ਕਰੀਮ ਨਹੀਂ, ਪਾਊਡਰ ਨਹੀਂ। ਉਹਦੇ ਖਾਵੰਦ ਨੂੰ ਉਹਦੇ ਸਾਦੇ ਮੂੰਹ, ਹੋਠਾਂ ਤੇ ਲਿਪਸਟਿਕ ਲਾਉਣਾ ਪਸੰਦ ਸੀ। ਕਿਸੇ ਦਿਨ ਉਹ ਘਰ ਰਹੇ ਤੇ ਸਲਵਾਰ ਕਮੀਜ਼ ਪਾਏ। ਉਹਦੇ ਅੰਦਰ ਢੇਰ ਸਾਰੇ ਜੋੜੇ ਸਲਵਾਰ ਕਮੀਜ਼ਾਂ ਪਈਆਂ ਸੜਦੀਆਂ ਸਨ ਤੇ ਉਹਦੇ ਖਾਵੰਦ ਨੂੰ ਉਹਦੀ ਸਲਵਾਰ ਕਮੀਜ਼ ਪਾਣਾ ਕਿੰਨਾ ਪਿਆਰਾ ਲੱਗਦਾ ਸੀ। ਇਹ ਵੀ ਕੋਈ ਗੱਲ ਹੋਈ। ਹਰ ਰੋਜ਼ ਸ਼ਾਮੀ ਜਦੋਂ ਬੱਚੇ ਸਕੂਲੋਂ ਮੁੜਨ ਮਾਪੇ ਬਾਹਰ ਕਿਸੇ ਨੂੰ ਮਿਲਣ ਗਏ ਹੋਣ ਜਾਂ 골 ਕਮਰੇਜ ਕੋਈ ਮਿਲਣ ਆਇਆ ਹੋਵੇ ਤੇ ਆਪਣੇ ਘਰ 'ਚ ਬੱਚੇ ਉੱਚਾ ਬੋਲ ਨਾ ਸਕਣ ਡਰ ਡਰ ਕੇ ਚੱਕ-ਚੱਕ ਕੇ ਕਮਰੇ ਚੋਂ ਉਹਦਾ ਜੀ ਕਰਦਾ ਸੀ ਦੂਰੋਂ ਪੜ ਕੇ ਆ ਰਹੇ ਬੱਚੇ ਇਹਨੂੰ ਲੌਂਚ ਖਲੋਤੀ ਉਡੀਕ ਰਹੀ ਵੇਖ ਕੇ ਦੌੜ ਪੈਣ ਤੇ ਫਿਰ ਦੌੜਦੇ ਹੋਏ ਦੇ ਕਲੇਜੇ ਨਾਲ ਆ ਲੱਗਣ ਇਹਦੇ ਜਾਨ ਦੇ ਟੁਕੜੇ ਉਹਦਾ ਜੀ ਕਰਦਾ ਸੀ ਸਵੇਰੇ ਬੱਚਿਆਂ ਨੂੰ ਨੰਗੇ ਪੈਰੀਂ ਕੋਠੀ ਦੇ ਸਾਹਮਣੇ ਲੌਂਗ ਵਿੱਚ ਫਿਰਨ ਦੇਵੇ ਨਿੱਕੇ ਗੁੱਲੂ ਨੂੰ ਮਿੱਟੀ 'ਚ ਖੇਡਣ ਦੇ ਵੀ ਮਿੱਟੀ ਚਿੱਕੜ 'ਚ ਖੇਡ-ਖੇਡ ਕੇ ਉਹ ਥੱਕ ਜਾਵੇ ਤੇ ਫਿਰ ਉਹਨੂੰ ਨੁਹਾਵੇ। ਭਰੇ ਸਭ ਕੁਝ ਸੁਪਨਾ ਹੋ ਗਿਆ ਸੀ। ਆਇਆ ਗਿਆ ਲੱਗਾ ਰਹਿੰਦਾ ਸੀ ਤੇ ਬੱਚੇ ਮਹਿਮਾਨਾਂ ਦੇ ਸਾਹਮਣੇ ਨੰਗੇ ਪੈਰ ਕਿਵੇਂ ਫਿਰ ਸਕਦੇ ਸਨ? ਮਿੱਟੀ ਘਟੇ ਨਾਲ ਕਿਵੇਂ ਖੇਡ ਸਕਦੇ ਸਨ? ਤੇ ਸੋਚ-ਸੋਚ ਕੇ ਉਸੇ ਹੀ ਫੈਸਲਾ ਕੀਤਾ ਕਿ ਐਤਵਾਰ ਦਾ ਦਿਨ ਉਹ ਨਵੇਕਲਾ ਰੱਖਿਆ ਕਰੇਗੀ। ਨਾ ਕਿਸੇ ਨੂੰ ਉਹ ਮਿਲਣ ਜਾਣਗੀ, ਨਾ ਕਿਸੇ ਮੁਲਾਕਾਤੀ ਨੂੰ ਮਿਲਣਗੀ। ਆਖਿਰ ਕੋਈ ਚਾਹੇ ਤੇ 10 ਬਹਾਨੇ ਹੋ ਸਕਦੇ ਨੇ ਐਤਵਾਰ ਦਾ ਦਿਨ ਜਿਵੇਂ ਉਹ ਚਾਹੇਗੀ گزارੇਗੀ ਨਾ ਕਿਸੇ ਦੇ ਮਹਿਮਾਨ ਬਣ ਕੇ ਜਾਣਾ ਨਾ ਕਿਸੇ ਦਾ ਮਹਿਮਾਨ ਬਣ ਕੇ ਆਉਣਾ ਹਰ ਐਤਵਾਰ ਬਸ ਉਹ ਹੋਏਗੀ ਉਹਦੇ ਬੱਚਿਆਂ ਦਾ ਪਿਤਾ ਤੇ ਉਹਦੇ ਬੱਚੇ ਕੋਈ ਚੌਥੀ ਉਹਨਾਂ ਦੀ ਇਕੱਲ ਨੂੰ ਉਲੰਘ ਨਹੀਂ ਸਕੇਗਾ ਹਰ ਘਰ ਦੀ ਇੱਕ ਪਵਿੱਤਰਤਾ ਹੁੰਦੀ ਹੈ ਹਰ ਘਰ ਇੱਕ ਸ਼ਿਵਾਲਾ ਬਣ ਜਾਂਦਾ ਹੈ ਜਿੱਥੇ ਘਰ ਦੇ ਬੱਚੇ ਬੱਚਿਆਂ ਦੀ ਮਾਂ ਤੇ ਬੱਚਿਆਂ ਦਾ ਪਿਤਾ ਰਲ ਕੇ ਹੱਸ ਰਹੇ ਹੋਣ ਖੇਡ ਰਹੇ ਹੋਣ ਇੱਕ ਚੈਨ ਜਦੋਂ ਉਹਨੂੰ ਕਰਨ ਲਈ ਬਿਲਕੁਲ ਕੁਝ ਨਾ ਹੋਵੇ। ਉਹ ਅੱਖਾਂ ਬੰਦੀ ਆਰਾਮ ਕੁਰਸੀ ਤੇ ਬੈਠੀ ਰਹੀ। ਬਾਹਰ ਬਰਾਂਡੇ 'ਚ ਖੇਡ ਰਹੇ ਬੱਚਿਆਂ ਦੀ ਆਵਾਜ਼ ਆ ਰਹੀ ਹੋਵੇ। ਨਾਲ ਦੇ ਕਮਰੇ 'ਚ ਗੂੰਗੁਣਾ ਰਿਹਾ ਉਹਦਾ ਖਾਵੰਦ ਖਟਰਪਟਰ ਆਪਣੇ ਆਰ ਲੱਗਾ ਸੁਣਾਈ ਦਿੰਦਾ ਰਹੇ। ਤੇ ਅਗਲਾ ਐਤਵਾਰ ਉਹਨਾਂ ਦਾ ਖਾਲੀ ਸੀ, ਬਿਲਕੁਲ ਖਾਲੀ। ਸਾਰਾ ਦਿਨ ਉਹਨਾਂ ਨੇ ਕਿਤੇ ਨਹੀਂ ਜਾਣਾ ਸੀ। ਸਾਰਾ ਦਿਨ ਕਿਸੇ ਨੂੰ ਆਉਣ ਦਾ ਉਹਨਾਂ ਨੇ ਮੰନ୍ତਰਣ ਨਹੀਂ ਦਿੱਤਾ ਸੀ। ਕੋਈ ਆਪਣੇ ਆਪ ਆ ਗਿਆ ਤਾਂ ਨੌਕਰਾਂ ਨੂੰ ਹਿਦਾਇਤ ਸੀ ਕਿ ਇਹ ਤੇਵੇ। ਸਾਬ ਬਾਹਰ ਗਏ ਹੋਏ ਨੇ ਤੇ ਐਤਵਾਰ ਵਾਲੇ ਦਿਨ ਆਪਣੇ ਵੱਲੋਂ ਪੂਰੇ ਆਰਾਮ ਨਾਲ ਉੱਠੀ ਬੱਚੇ ਖੇਡਦੇ ਰਹੇ ਫਿਰ ਉਹਨਾਂ ਨੂੰ ਉਸ ਤਿਆਰ ਕੀਤਾ ਉਹਦਾ ਖਾਵਨ ਦਾ ਅਖਬਾਰ ਪੜ੍ਹਦਾ ਰਿਹਾ ਫਿਰ ਉਹ ਤਿਆਰ ਹੋਇਆ ਉਹ ਆਪ ਹਰ ਕੰਮ ਚ ਟਿਲੂ ਮਿਲੂ ਕਰਦੇ ਰਹੀ ਫਿਰ ਵੀ ਸਾਰੇ ਉਹਦੇ ਕੰਮ ਖਤਮ ਹੋ ਗਏ ਅਜੇ ਮਸਾਂ 11 ਵਜੇ ਸਨ ਕਿ ਉਹ ਵੀ ਤਿਆਰ ਹੋ ਗਈ ਸੀ ਨਾਸ਼ਤਾ ਹੋ ਚੁੱਕਾ ਸੀ ਦੁਪਹਿਰ ਦਾ ਖਾਣਾ ਕਿਤੇ 1.5-2 ਵਜੇ ਹੋਣਾ ਸੀ ਹੁਣ ਉਹ ਕੀ ਕਰੇ ਉਹਦਾ ਜੀ ਕੀਤਾ ਕਾਫੀ ਹਾਊਸ ਕਾਫੀ ਪੀਣ ਚਲਿਆ ਜਾਏ ਉਹ ਉਹਦਾ ਖਵਨ ਤੇ ਉਹਨਾਂ ਦੇ ਬੱਚੇ ਕਿਸੇ ਨੂੰ ਇਸ ਵਿੱਚ ਕੀ ਇਤਰਾਜ਼ ਹੋ ਸਕਦਾ ਸੀ ਮੋਟਰ 'ਚ ਬੈਠੋ ਕਾਫੀ ਹਾਊਸ ਤੁਰ ਪਏ ਆਰਾਮ ਨਾਲ ਇੱਕ ਕੋਨੇ 'ਚ ਬੈਠ ਕੇ ਕਾਫੀ ਪੀਵਾਂਗੇ ਉਹ ਸੋਚਦੇ ਕਾਫੀ ਹਾਊਸ ਤੇ ਜਿਵੇਂ ਸਾਰਾ ਸ਼ਹਿਰ ਟੁਕਿਆ ਹੋਇਆ ਸੀ ਹਰ ਦੂਜੇ ਮੇਜ਼ ਤੇ ਉਹਨਾਂ ਦੇ ਦੋਸਤ ਬੈਠੇ ਸਨ ਦੂਰੋਂ ਸਭ ਨੂੰ ਨਮਸਕਾਰ ਕਰਦੀ ਜਿਨ੍ਹਾਂ ਨੂੰ ਉਹਨੇ ਕਿਹਾ ਸੀ ਐਤਵਾਰ ਨੂੰ ਉਹ ਵੇਲੇ ਨਹੀਂ ਉਹਨਾਂ ਤੋਂ ਸ਼ਰਮਾਂ ਦੀ ਸੁਖਚੰਦੀ ਉਹ ਨਵੀਂ ਕਲੀਕ ਨੁੱਕਰ ਤੇ ਬੈਸ ਤੇ ਜਾ ਬੈਠੇ ਬੈਠਣ ਵੇਲੇ ਉਸ ਲੋਕਾਂ ਵੱਲ ਕੰਡ ਕਰ ਲਈ ਚਵਾਂ ਪਾਸਿਆਂ ਤੇ ਉਹਨੂੰ ਇਸ਼ਾਰੇ ਹੋ ਰਹੇ ਸਨ ਤੋਬਾ ਤੋਬਾ ਕਿੰਨੀਆਂ ਸਹੇਲੀਆਂ ਉਸ ਬਣਾਈਆਂ ਹੋਈਆਂ ਸਨ ਅਜੇ ਕਾਫੀ ਆਈ ਵੀ ਨਹੀਂ ਸੀ ਕਿ ਇੱਕ ਉਹਦੀ ਦੋਸਤ ਨੇ ਉਹਨੂੰ ਪਿੱਛੋਂ ਮੋਢੇ ਤੋਂ ਆ ਫੜਿਆ ਕਿਉਂ ਜੀ ਤੁਸੀਂ ਤੇ ਅਜ ਵੇਲੇ ਨਹੀਂ ਸੀ ਤੇ ਉਹਨੂੰ ਜਮੀਂ ਵੇਲ ਨਹੀਂ ਦਿੰਦੀ ਸੀ ਕਿ ਉਸ ਟ ਸਮਾਜ ਆਏ ਤੇ ਇੱਕ ਤੋਂ ਬਾਅਦ ਉਹ ਇੱਕ ਬਹਾਨਾ ਬਣਾ ਰਹੀ ਸੀ ਗੱਲਾਂ ਕਰਦੀ ਕਰਦੀ ਉਹਦੀ ਦੋਸਤ ਕੁਰਸੀ ਖਿੱਚ ਕੇ ਉਹਦੇ ਕੋਲ ਬੈਠ ਗਈ। ਉਹਦੀ ਦੋਸਤ ਦਾ ਖਵੰਦ ਸਾਹਮਣੇ ਇਹਦੇ ਪਤੀ ਕੋਲ ਬੈਠਾ ਗੱਪਾਂ ਮਾਰ ਰਿਹਾ ਸੀ। ਕਾਫੀ ਆਈ ਉਹਨਾਂ ਲਈ ਵੀ ਉਹਨਾਂ ਦੇ ਮਹਿਮਾਨਾਂ ਲਈ ਵੀ। ਅਜੇ ਕਾਫੀ ਪੀਣੀ ਉਹਨਾਂ ਸ਼ੁਰੂ ਵੀ ਨਹੀਂ ਸੀ ਕੀਤੀ ਕਿ ਇੱਕ ਹੋਰ ਜੋੜਾ ਆ ਗਿਆ। ਉਸ ਤੋਂ ਬਾਅਦ ਇੱਕ ਹੋਰ ਮੇਜ਼ਾਂ ਨਾਲ ਮੇਜ਼ ਜੁੜਦੇ ਗਏ ਤੇ ਚੰਗੀ ਖਾਸੀ ਇੱਕ ਮਹਿਫਿਲ ਲੱਗ ਗਈ। ਇੱਕ ਲਤੀਫੇ ਤੋਂ ਬਾਅਦ ਇੱਕ ਹੋਰ ਲਤੀਫਾ ਇੱਕ ਮਜ਼ਾਕ ਤੋਂ ਬਾਅਦ ਇੱਕ ਹੋਰ ਮਜ਼ਾਕ ਕਿਸੇ ਦਾ ਗਿੱਟਾ ਖਿੱਚਿਆ ਜਾ ਰਿਹਾ ਹੈ ਕਿਸੇ ਦੀ ਨਿੰਦਾ ਹੋ ਰਹੀ ਸੀ ਬੱਚੇ ਉੱਠ ਕੇ ਸਾਹਮਣੇ ਪਾਰਚ ਖੇਡਣ ਚਲੇ ਗਏ ਸਨ ਤੇ ਇੰਜ ਹਿੱਚ-ਹਿੱਚ ਕਰਦੇ ਕਾਫੀ ਦੇ ਦੌਰ ਤੇ ਦੌਰ ਲੱਗਦੇ 1 ਵਜ ਗਿਆ ਹੁਣ ਉਹਨਾਂ ਘਰ ਕਿੱਥੇ ਜਾਣਾ ਸੀ ਕਲੱਬ 'ਚ ਦੁਪਹਿਰ ਦਾ ਖਾਣਾ ਸੀ ਪੀਡਬਲਯੂਡੀ ਦਾ ਕੋਈ ਅਫਸਰ ਬਦਲ ਕੇ ਜਾ ਰਿਹਾ ਸੀ ਪਹਿਲੇ ਤੇ ਉਹਨਾਂ ਕੰਮ ਦਾ ਬਹਾਨਾ ਕਰਕੇ ਜਾਣ ਛੁੜਾਈ ਸੀ ਹੁਣ ਜਿਵੇਂ ਉਹ ਸ਼ਾਮਲ ਹੋਣ ਤੋਂ ਇਨਕਾਰ ਕਰ ਸਕਦੇ ਸਨ ਤੇ ਬੜੀ ਮੁਸ਼ਕਿਲ ਨਾਲ ਬੱਚਿਆਂ ਨੂੰ ਘਰ ਛੱਡਣ ਦੇ ਭੱਜ ਕਰਕੇ ਉਹਨੇ ਮੋਟਰ ਆਪਣੀ ਕੋਠੀ ਵੱਲੋਂ ਗੁਜ਼ਰਨ ਦੀ ਇਜਾਜ਼ਤ ਲੈ ਲਈ। ਬੱਚਿਆਂ ਨੂੰ ਘਰ ਲਾਉਣ ਆਈ। ਉੱਛੇ ਤੀਛੇ ਤੀ ਆਪਣਾ ਜੂੜਾ ਵੀ ਸੰਵਾਰ ਲਿਆ, ਮੂੰਹ ਤੇ ਪੇਂਟ ਵੀ ਕਰ ਲਿਆ, ਲਿਪਸਟਿਕ ਵੀ ਥੱਪ ਲਈ, ਸਾੜੀ ਵੀ ਬਦਲ ਲਈ ਤੇ ਮੋਟਰ 'ਚ ਬੈਠਦੇ-ਬੈਠਦੇ ਮਾਲੀ ਨੂੰ ਆਵਾਜ਼ ਦੇ ਕੇ ਫੁੱਲ ਦੀ ਕਦ ਖੜੀ ਕਲੀ ਆਪਣੇ ਵਾਲਾਂ 'ਚ ਸਜਾਣ ਲਈ ਲੈ ਲਈ। ਮੋਟਰ 'ਚ ਬੈਠੇ-ਬੈਠੇ ਆਪਣੇ ਬਟੂਏ ਵਿੱਚੋਂ ਸ਼ੀਸ਼ਾ ਕੱਟੋ ਨਕਸ਼ਿਕ ਸੰਵਾਰਦੇ ਰਹੇ। ਤੇ ਕਲੱਬ ਚ ਭੁੱਜਣ ਤੇ ਕੋਪਰੀ ਦੀ ਪਰੀ ਬਣ ਗਈ। ਸਜਰੀ ਸਜਰੀ ਖੁਸ਼ਬੂਆਂ ਖਲੇਰ ਦੀ ਇੱਕ ਨੂੰ ਮਿਲਦੀ ਦੂਜੇ ਨੂੰ ਮਿਲਦੀ ਜਿਵੇਂ ਕਦੋਂ ਦਾ ਇਸ ਮੌਕੇ ਦੀ ਉਡੀਕ ਚ ਕੋਈ ਹੋਵੇ। ਖਾਣੇ ਤੋਂ ਬਾਅਦ ਉਹਨਾਂ ਨੂੰ ਯਾਦ ਕਰਵਾਇਆ ਗਿਆ ਕਿ ਫੁਲਾਣੀ ਦੀ ਕੋਠੀ ਚ ਵਿਦਾਇਗੀ ਦੀ ਚਾਹ ਵੀ ਸੀ। ਖਾਣੇ ਤੋਂ ਆਏ ਹੁਣ ਚਾਹ ਤੇ ਉਹ ਕਿਵੇਂ ਨਾ ਜਾਂਦੇ। ਨਾਲੇ ਖਾਣਾ ਖਤਮ ਹੋਣ ਤੇ ਚਾਹ ਸ਼ੁਰੂ ਹੋਣ ਚ ਕਿਹੜਾ ਸਮਾਂ ਬਚਿਆ ਸੀ। ਇੰਨਾ ਭਾਰੀ ਖਾਣਾ ਖਾ ਕੇ ਉਹਦਾ ਜੀ ਤੇ ਲੇਟਣ ਨੂੰ ਕਰ ਰਿਹਾ ਸੀ। ਉਹ ਦੇਖਾਵੰਦ ਦੀਆਂ ਅੱਖਾਂ ਵਿੱਚ ਜਿਵੇਂ ਨੀਂਦਰ-ਨੀਂਦਰ ਹੋਵੇ ਪਰ ਹੁਣ ਚਾਹ ਤੇ ਉਹ ਕਿਵੇਂ ਨਾ ਜਾਂਦੇ ਤੇ ਫਿਰ ਚਾਹ ਪਾਰਟੀ ਲਈ ਖਰੀਦੀ ਉਹਦੀ ਨਵੀਂ ਸਾੜੀ ਦੇ ਖਿਆਲ ਤੇ ਉਹ ਸਭ ਕੁਝ ਭੁੱਲ ਗਈ ਚੰਗਾ ਮੌਕਾ ਸੀ ਅੱਜ ਸ਼ਾਮੀ ਨਵੀਂ ਸਾੜੀ ਉਪਾ ਸਕੇਗੀ ਘਰ ਪੁੱਜ ਕੇ ਉਹਦਾ ਖਾਵੰਦ ਝਟ ਘੜੀ ਲਈ ਅਖਬਾਰ ਨੂੰ ਵੇਖਣ ਲੱਗਾ ਤੇ ਫਿਰ ਸ਼ਾਮ ਦੀ ਪਾਰਟੀ ਦੀ ਤਿਆਰੀ 'ਚ ਰੁੱਝ ਗਈ ਵਾਲ ਹੋਰ ਤਰ੍ਹਾਂ ਚੇਲੀ ਹੋਰ ਦੀ ਹੋਰ ਪਿਆਜ਼ੀ ਰੰਗ ਦੀ ਨਵੀਂ ਸਾੜੀ ਉੱਚੀ ਅੱਡੀ ਵਾਲੀ ਜੁੱਤੀ ਉਹ ਨਹੀਂ ਪਾਏਗੀ ਉਹਦਾ ਕੱਦ ਅੱਗੇ ਕਿਹੜਾ ਥੋੜਾ ਉੱਚਾ ਸੀ ਤੇ ਬਨਾਰਸੀ ਚੱਪਲ ਪਾ ਕੇ ਉਹ ਫੇਰ ਤਿਆਰ ਸੀ ਮਾਲੀ ਨੇ ਆ ਕੇ ਮੋਤੀ ਇਹਦਾ ਗਜਰਾ ਦਿੱਤਾ ਤੇ ਉਹਨੂੰ ਆਪਣੇ ਜੂਰੇ 'ਚ ਟਿਕਾੰਦੀ ਉਹ ਮੋਟਰ 'ਚ ਜਾ ਬੈਠੀ ਚਾਹ ਹੋਈ ਚਾਹ ਤੋਂ ਬਾਅਦ ਉੱਥੇ ਰੰਮੀ ਦੀ ਬਾਜੀ ਜੰਮ ਗਈ ਜਾਣ ਵਾਲੇ ਤੁਰ ਗਏ ਉਹ ਸੋਚਿਆ ਹੋਰ ਘੰਟੇ ਅੱਧੇ ਘੰਟੇ ਤੱਕ ਉਹਨਾਂ ਨੂੰ ਸਟੇਸ਼ਨ ਤੇ ਵੀ ਜਾਣਾ ਹੋਵੇਗਾ ਜਿਹਦੀ ਵਿਦਾਇਗੀ ਦਾ ਖਾਣਾ ਖਾਦਾ ਸੀ ਚਾਹ ਪੀਤੀ ਸੀ ਉਹਨੂੰ ਸਟੇਸ਼ਨ ਛੱਡ ਜਾਣਾ ਤੇ ਜ਼ਰੂਰੀ ਸੀ ਤੇ ਰਾਤੀ ਜਦੋਂ ਸਟੇਸ਼ਨ ਤੋਂ ਮੁੜੇ ਗੱਡੀ ਸੀ ਕਿ ਤੁਰੰਦਾ ਨਾ ਹੀ ਨੀ ਸੀ ਲੈਂਦੀ ਇੱਕ ਲੇਟ ਆਈ ਫਿਰ ਤੁਰੰਤ ਚ ਹੋਰ ਲੇਟ ਘਰ ਪੁੱਜਣ ਤੇ ਕੋ ਥੱਕ ਟੁੱਟ ਗਈ ਨਾ ਉਸ ਚ ਰਾਤ ਦਾ ਖਾਣਾ ਖਾਣ ਦੀ ਸ਼ਕਤੀ ਸੀ ਨਾ ਕੱਪੜੇ ਬਦਲਣ ਦੀ ਤਾਕਤ ਉਹ ਪਲੰਗ ਤੇ ਮੋਦੀ ਜਾ ਪਈ ਉੰਜ ਦੇ ਉੰਜ ਲੇਟੀ ਉਹਦੀ ਅੱਖ ਲੱਗ ਗਈ ਕਿਤੇ ਅੱਧੀ ਰਾਤ ਨੂੰ ਉਹਦੀ ਨੀਂਦਰ ਖੁੱਲੀ ਤੇ ਉਸ ਕੱਪੜੇ ਬਦਲੇ ਸામਨੇ ਸੌਰੇ ਬੱਚਿਆਂ ਨੂੰ ਚੁੰਮਿਆ ਤੇ ਮੁੜ ਆਪਣੇ ਬਿਸਤਰੇ ਤੇ ਆ ਕੇ ਲੇਟ ਗਈ ਅਜੇ ਵੀ ਉਹ ਥੱਕੀ ਥੱਕੀ ਸੀ ਅਗਲੀ ਸਵੇਰ ਪਲੰਗ ਤੇ ਪਈ ਪਈ ਉਹ ਸੋਚਦੀ ਰਹੀ ਉਹ ਦਾ ਐਤਵਾਰ ਤੇ ਆਮ ਦਿਨਾਂ ਤੋਂ ਵੀ ਕਿਤੇ ਜ਼ਿਆਦਾ ਦੌੜ ਭੱਜ ਵਿੱਚ ਗੁਜ਼ਰਿਆ ਸੀ ਅਜੇ ਤੀਕੋ ਦਾ ਥਕੇ ਮਾ ਨਹੀਂ ਲੱਥਾ ਸੀ ਤੇ ਸੋਚ-ਸੋਚ ਕੇ ਉਸ ਨਤੀਜੇ ਤੇ ਪੁੱਜੀ ਕਿ ਉਹ ਇੱਕ ਅਜੀਬ ਚਿੱਕੜ 'ਚ ਫਸ ਗਈ ਸੀ ਸ਼ਹਿਰ 'ਚ ਰਹਿ ਕੇ ਉਹ ਸ਼ਹਿਰ ਵਾਲਿਆਂ ਤੋਂ ਨਹੀਂ बच ਸਕਦੀ ਸੀ ਤੇ ਉਸ ਫੈਸਲਾ ਕੀਤਾ ਅਗਲੇ ਐਤਵਾਰ ਉਹ ਕਿਤੇ ਬਾਹਰ ਨਿਕਲ ਜਾਣਗੇ ਉਹ ਉਹਦੇ ਬੱਚਿਆਂ ਦਾ ਪਿਓ ਤੇ ਬੱਚੇ ਸ਼ਹਿਰ ਤੋਂ ਵੀ 5 ਮੀਲ ਦੂਰ ਪਹਾੜੀ ਦੇ ਸਿਖਰ ਤੇ ਇੱਕ ਡਾਕ ਬੰਗਲਾ ਸੀ ਸਾਰਾ ਦਿਨ ਉੱਥੇ ਹੀ ਗੁਜ਼ਾਰਨਗੇ ਇਹ ਰਾਏ ਉਹਦੇ ਖਾਵੰਦ ਨੂੰ ਵੀ ਪਸੰਦ ਆਈ ਤੇ ਡਾਕ ਬੰਗਲੇ 'ਚ ਥਾਂ ਸੁਰੱਖਿਅਤ ਕਰ ਲਈ ਗਈ ਤੇ ਫਿਰ ਹਰ ਰੋਜ਼ ਆਪਣੇ ਘਰ ਦੇ 'ਚ ਮੇਲਿਆਂ ਆਪਣੇ ਸਮਾਜ ਦੀਆਂ ਜ਼ਰੂਰਤਾਂ ਆਪਣੇ ਪਤੀ ਦੇ ਰੁਤਬੇ ਦੀਆਂ ਮਜਬੂਰੀਆਂ ਦੇ 15 'ਚ ਵੱਧੀ ਜਦੋਂ ਟਟੀਰੀ ਵਾਂਗ ਘੁੰਮਦੀ ਰਹਿੰਦੀ ਇਹ ਸੋਚ ਕੇ ਕਿ ਐਤਵਾਰ ਨੂੰ ਚੈਂਜ ਪੰਜੀ ਮੀਲ ਦੂਰ ਪਹਾੜੀ ਦੀ ਚੋਟੀ ਦੇ ਇੱਕ ਅਤਿੰਤ ਮਨੋਰੰਜਨ ਸਥਾਨ ਤੇ ਗੁਜ਼ਾਰਨਗੇ ਉਹ ਨਸ਼ੇ-ਨਸ਼ੇ ਚੱਖੀਆਂ ਮੁੰਦ ਲੈਂਦੀ ਸ਼ਹਿਰ ਤੋਂ ਪੰਜੀ ਮੀਲ ਦੂਰ ਪਹਾੜੀ ਦੀ ਚੋਟੀ ਤੇ ਬਸ ਉਹ ਹੋਏਗੀ ਉਹਦੇ ਬੱਚਿਆਂ ਦਾ ਪਿਤਾ ਹੋਏਗਾ ਤੇ ਉਹਨਾਂ ਦੇ ਬੱਚੇ ਤੇ ਉਹ ਸੋਚਦੀ ਮੈਂ ਤੇ ਸਾਰਾ ਦਿਨ ਵਰਾਂਡੇ 'ਚ ਪਲੰਘ ਡਾ ਕੇ ਪਈ ਰਾਂਗੀ ਕਿੰਨੀ ਉਹ ਥੱਕ ਗਈ ਸੀ ਬੱਚੇ ਉਹਦੀਆਂ ਟੰਗਾਂ ਤੇ ਬਾਹਾਂ ਤੇ ਕੁੱਦਦੇ ਰਹਿਣਗੇ ਉਹਨੂੰ ਫੜ ਫੜ ਕੇ ਉਹਦਾ ਅੱਖਾ ਬੰਦ ਉਠਾਏਗਾ ਤਾਂ ਵੀ ਉਠੇਗੀ ਨਹੀਂ ਪਹਾੜ ਦੀ ਚੋਟੀ ਦੇ ਉਸ ਡਾਕ ਬੰਗਲੇ ਤੋਂ ਮੀਲਾਂ ਤੀਕ ਵਾਦੀ ਨਜ਼ਰ ਆਉਂਦੀ ਸੀ ਆਕਾਸ਼ ਤੇ ਛਾਰੇ ਬੱਦਲ ਤੇ ਦੂਰ ਜਿੱਥੋਂ ਤੀਕ ਨਜ਼ਰ ਕੰਮ ਕਰਦੀ ਹਰਿਆਵਲ ਹੀ ਹਰਿਆਵਲ ਵਿੱਚ ਗਲੋ ਦੀ ਵੇਲ ਵਾਂਗ ਵਲਿਆ ਸਖਾਰੀ ਨਦੀ ਬੱਚੇ ਜੰਗਲੀ ਫੁੱਲ ਤੋੜਨਗੇ ਇਹ ਉਹਨਾਂ ਨੂੰ ਮਨਾ ਨਹੀਂ ਕਰੇਗੀ ਬੱਚੇ ਪੱਥਰਾਂ ਗੀਟਿਆਂ ਨਾਲ ਖੇਡਣਗੇ ਇਹ ਉਹਨਾਂ ਨੂੰ ਰੋਕੇਗੀ ਨਹੀਂ ਬੱਚੇ ਜਿੰਨਾ ਮਰਜ਼ੀ ਏ ਸ਼ੋਰ ਕਰਨਗੇ ਜਿੰਨਾ ਮਰਜ਼ੀ ਲੜਨਗੇ ਇਹ ਉਹਨਾਂ ਨੂੰ ਹੋੜੇਗੇ ਨਹੀਂ ਇੱਕ ਦਿਨ ਦਾ ਇਸ ਤਰ੍ਹਾਂ ਦਾ ਆਰਾਮ ਉਹ ਸੋਚਦੀ ਉਹਦਾ ਅੰਗ-ਅੰਗ ਜਿਵੇਂ ਮੋਲ ਪਏਗਾ ਨਰਵਾ ਹੋ ਜਾਏਗਾ ਅਗਲੇ ਐਤਵਾਰ ਜੇ ਮੂੰਚਾ ਖੜਾਈ ਸੀ ਊਠ ਖਲੋਤੀ ਉਸ ਆਪਣੇ ਪਤੀ ਨੂੰ ਉਠਾ ਦਿੱਤਾ ਬੱਚੇ ਸੰਕੇ ਉੱਠੀ ਨਹੀਂ ਸੰਰ ਰਹੇ ਇਧਰੋਂ ਆਵਾਜ਼ ਦਿੰਦੇ ਉਧਰ ਪਾਸਾ ਪਲਟ ਕੇ ਸੌ ਜਾਂਦੇ ਉਧਰੋਂ ਪੁਕਾਰਦੀ ਇਧਰ ਕੰਡ ਮੋੜ ਕੇ ਜਿਵੇਂ ਮਸ਼ਟ ਮਾਰ ਲੈਂਦੀ ਅਖੀਰ ਖੱਪ ਕ੍ਰਿਜ ਕੇ ਉਸ ਦੋਹਾਂ ਨੂੰ ਉਠਾ ਲਿਆ ਤਿਆਰ ਹੋਣ ਦੀ ਕੋਈ ਲੋੜ ਨਹੀਂ ਸੀ ਉਹਨਾਂ ਦੇ ਕੱਪੜੇ ਮੋਟਰ 'ਚ ਰੱਖ ਲੈਗੀ ਤੁਰਨ ਲੱਗੇ ਉਹਦੇ ਪਤੀ ਨੂੰ ਖਿਆਲ ਆਇਆ ਅਖਬਾਰ ਆਂਦੀ ਹੋਏਗੀ ਕੁਛੇ ਰੁਡੀਕ ਕੇ ਅਖਬਾਰ ਨਾਲ ਲੈ ਲਏਗਾ ਐਤਵਾਰ ਦੀ ਅਖਬਾਰ ਵੀ ਤੇ ਸਬਰ ਕਰਤੀ ਹੁੰਦੀ ਸੀ ਤੇ ਲੌਂਜ ਤੋਂ ਟੈਲਣ ਲੱਗ ਪਿਆ ਅਖਬਾਰ ਅਜੇ ਨਹੀਂ ਸੀ ਆਈ ਅੱਜ ਅਖਬਾਰ ਵਾਲਾ ਵੀ ਦੇਰ ਕਰ ਰਿਹਾ ਸੀ ਉਸੇ ਅਜ਼ਮਾ ਕੇ ਡਿੱਠਾ ਸੀ ਕਿ ਜਿਸ ਚੀਜ਼ ਦੀ ਉਹ ਕਦੀ ਉਡੀਕ ਕਰਦੀ ਉਹ ਕਦੀ ਨਹੀਂ ਹੁੰਦੀ ਸੀ ਤੇ ਬੱਚੇ ਹੁਣ ਕਾਲੇ ਪੈ ਰਹੇ ਸਨ ਇਸ ਤੋਂ ਤੇ ਉਹ ਇਹਨਾਂ ਨੂੰ ਤਿਆਰ ਹੀ ਕਰ ਦਿੰਦੀ ਸਾਰਾ ਸਮਾਨ ਮੋਟਰ ਚ ਰੱਖਿਆ ਸੀ ਤੇ ਅਖਬਾਰ ਵਾਲੇ ਦੀ ਉਡੀਕ ਹੋ ਰਹੀ ਸੀ ਉਹ ਸੋਚਦੀ ਅਖਰ ਅਖਬਾਰ ਦੀ ਕੀ ਲੋੜ ਸੀ ਅੱਜ ਦਾ ਦਿਨ ਉਸ ਆਰਾਮ ਲਈ ਨਿਵੇਕਲਾ ਰੱਖਿਆ ਸੀ ਪੂਰਨ ਚੈਨ ਅੱਜ ਦਾ ਦਿਨ ਉਹ ਦੰਦ ਸਾਫ਼ ਕਰਨ ਤੋਂ ਪਹਿਲੇ ਚਾਹ ਪੀ ਲਏਗੀ ਨਹਾਉਣ ਤੋਂ ਪਹਿਲੇ ਨਾਸ਼ਤਾ ਕਰ ਲਏਗੀ ਹਰ ਕੰਮ ਉਲਟ ਪੁਲਟ ਜਿਵੇਂ ਉਹਦਾ ਮਨ ਕਰੇਗਾ ਕੋਈ ਬੰਧੇਜ ਨਹੀਂ ਕੋਈ ਮਜਬੂਰੀ ਨਹੀਂ ਕਿਸੇ ਦਾ ਡਰ ਨਹੀਂ ਜਿਵੇਂ ਫੁੱਲ ਚੌਣ ਕਿਤੇ ਜਿਵੇਂ ਫੁੱਲ ਚੌਣ ਕਿਤੇ ਖੜ ਪੈਂਦੇ ਨੇ ਜਿਵੇਂ ਬੱਦਲ ਚੌਣ ਕਿਤੇ ਵਸ ਪੈਂਦੇ ਨੇ ਜਿਵੇਂ ਤਰੇਲਾ ਚਾਏ ਕਿਤੇ ਮੋਤੀ ਖਲੇੜ ਦਿੰਦੀ ਹੈ ਹੈ ਇਹ ਮੋਟਰ ਨੂੰ ਕੀ ਹੋ ਰਿਹਾ ਸੀ ਜਿਵੇਂ ਡੋਲ ਰਹੀ ਹੋਵੇ ਮੈਂ ਕਿਹਾ ਵੀ ਸੀ ਡਰਾਈਵਰ ਨੂੰ ਨਾਲ ਲੈ ਚੱਲੀ ਅਜੇ ਬੋਲ ਉਹਦੀ ਪਤੀ ਦੇ ਮੂੰਹ ਚ ਸੀ ਕਿ ਸੜਕ ਦੇ ਵਿੱਚਕਾਰ ਮੋਟਰ ਰੁਗ ਗਈ ਇੱਕ ਪਹੀਆ ਬਿਲਕੁਲ ਬੈਠ ਗਿਆ ਸੀ ਅਜੇ ਉਹ ਸ਼ਹਿਰ ਤੋਂ ਕੋਈ ਪੰਜ ਮੀਲ ਹੀ ਬਾਹਰ ਆਏ ਸਨ ਉਹਦੇ ਖਾਵੰਦ ਨੂੰ ਤੇ ਪੇਚ ਤੇ ਪੇਚ ਕਸ ਤੋਂ ਫਰਕ ਫਰਕ ਨਹੀਂ ਪਤਾ ਸੀ ਇੱਕ ਪਹੀਆ ਲਾਉਣਾ ਤੇ ਦੂਜਾ ਲਾਉਣਾ ਬੜੇ ਦੂਰ ਦੀ ਗੱਲ ਸੀ ਉਹ ਸੜਕ ਕੰਡੇ ਖਲੋਤੇ ਕਿਸੇ ਦੀ ਉਡੀਕ ਕਰਨ ਲੱਗੇ ਜੋ ਉਹਨਾਂ ਦੀ ਮਦਦ ਕਰ ਸਕੇ ਕੋਈ ਵੀ ਨਹੀਂ ਆਇਆ ਧੁੱਪਾਂ ਨਿਕਲ ਆਈਆਂ ਸਨ ਕਿਸੇ ਨੂੰ ਕੀ ਮੁਸੀਬਤ ਸੀ ਸਵੇਰੇ ਸਵੇਰੇ ਘਰੋਂ ਤੁਰ ਪਏ ਚੈਨ ਦੀ ਤਲਾਸ਼ ਚ ਨਿਕਲੀ ਇੱਕ ਫੈਸ਼ਨੇਬਲ ਕੁੜੀ ਦੀ ਮੋਟਰ ਦਾ ਪਹੀਆ ਬਦਲਣ ਲਈ ਸੜਕ ਕੰਡੇ ਖੜੋਤੇ ਉਡੀਕ ਰਹੇ ਬੱਚੇ ਕਾਲੇ ਪੈ ਰਹੇ ਸਨ ਸੜਕ ਕੰਡੇ ਖਲੋਤਾ ਉਹਦਾ ਖਵਨ ਦੋਨੂੰ ਲੱਗ ਰਿਹਾ ਸੀ ਜੇ ਹੋਰ 10 ਮਿੰਟ ਕੋਈ ਨਾ ਆਇਆ ਤਾਂ ਖਫਾ ਹੋਣ ਲੱਗੇਗਾ ਕੋਈ ਵੀ ਤੇ ਨਹੀਂ ਆ ਰਿਹਾ ਸੀ ਨਾ ਕੋਈ ਮੋਟਰ ਵਾਲਾ ਨਾ ਕੋਈ ਟਰੱਕ ਵਾਲਾ ਤੇ ਉਸਦਾ ਖਵਨ ਆਪਣੇ ਮੂੰਹ ਦੇ ਕੜਵੇ ਸਵਾਦ ਨੂੰ ਇੱਕ ਤੋਂ ਵਧੇਰੇ ਵਾਰ ਥੁੱਕ ਚੁੱਕਾ ਸੀ ਲਾਰੀ ਵਾਲਾ ਕੋਈ ਨਹੀਂ ਆ ਰਿਹਾ ਸੀ ਠੱਟੂਆਂ ਵਾਲੇ ਖਚਰਾਵਾਂ ਵਾਲੇ ਸਬਜ਼ੀਆਂ ਨਾਲ ਲੱਦੇ ਹੋਏ ਤਾਵਲੇ ਤਾਵਲੇ ਸ਼ਹਿਰ ਵੱਲ ਜਾ ਰਹੇ ਸਨ ਤੇ ਹਰ ਵਾਰ ਉਹਨਾਂ ਦਾ ਅਜੜ ਦਾ ਅਜੜ ਗੁਜ਼ਰਦਾ ਉਹ ਬੱਚਿਆਂ ਨੂੰ ਸਮੇਟਦੀ ਰਹਿੰਦੀ ਆਪਣੇ ਆਪ ਨੂੰ ਸੰਭਾਲਦੀ ਰਹਿੰਦੀ ਕਿਵੇਂ ਅੱਖਾਂ ਟੱਡ ਟੱਡ ਕੇ ਪਿੰਡੂ ਉਸ ਵੱਲ ਵੇਖਦੇ ਸਨ ਕੋਈ ਗ੍ਰਾਮੀਣ ਆਪਣੀ ਬੋਲੀ ਚ ਨਾਲ ਦੇ ਨੂੰ ਕਹਿੰਦਾ ਮੇ 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 ਤੇ ਅਗਲਾ ਉਹਨੂੰ ਜਵਾਬ ਦਿੰਦਾ ਨਹੀਂ ਅੱਜ ਕੱਲ ਆਪਣੀਆਂ ਵੀ ਮੇਮਾਂ ਬਣ ਗਈਆਂ ਨੇ ਤੇ ਉਹ ਧੁੱਪ ਦੀ ਐਨਕ ਲਾ ਕੇ ਬਟੂਏ ਚ ਰੱਖ ਲੈਂਦੀ ਪਰ ਚਿਲਕਾਉਣ ਕਿੰਨੀ ਸੀ ਉਹਦੀਆਂ ਪਲਕਾਂ ਮੁੰਧ ਮੁੰਧ ਜਾਂਦੀਆਂ ਸਨ ਤੇ ਫੇਰ ਐਨਕ ਨੂੰ ਕੱਢ ਕੇ ਲਾ ਲੈਂਦੀ ਤੇ ਅਨਪੜ ਪਿੰਡੂ ਸਮਝਦੇ ਸਨ ਕਾਲੀਆਂ ਧੁੱਪ ਦੀਆਂ ਐਨਕਾਂ ਲਾਉਣ ਵਾਲੀ ਗੋਰੇ ਰੰਗ ਦੀ ਕੁੜੀ ਫਰੰਗਾਂ ਹੈ ਸਮਝਣ ਤੇ ਬੇਸ਼ੱਕ ਸਮਝਣ ਇਹਨੂੰ ਕਿਸੇ ਦਾ ਡਰ ਥੋੜਾ ਸੀ ਤੇ ਮੇਮਾ ਕੋਈ ਮਾੜੀਆਂ ਥੋੜੀ ਹੁੰਦੀਆਂ ਨੇ ਕੋਈ 11 ਵਜੇ ਉਹਨਾਂ ਦੀ ਮੋਟਰ ਤਿਆਰ ਹੋਈ ਓਡੀ ਕੁਡੀ ਕੇਸਰਗੀ ਦੇ ਉੱਤੇ ਬੱਚੇ ਅੰਦਰ ਸੀਟਾਂ ਤੇ ਸੌਂ ਗਏ ਸਨ ਉਹਨੂੰ ਆਪ ਇੰਨੀ ਭੁੱਖ ਲੱਗੀ ਹੋਈ ਸੀ ਉਹਦਾ ਖਾਵੰਦ ਘਰ ਕਦੋਂ ਦਾ ਨਾਸ਼ਤਾ ਕਰ ਚੁੱਕਦਾ ਸੀ ਉਹਨੂੰ ਹਮੇਸ਼ਾ ਪਤਾ ਲੱਗ ਜਾਂਦਾ ਸੀ ਜਦੋਂ ਉਹਦੇ ਖਾਵਨ ਦਾ ਮੂਡ ਖਰਾਬ ਹੁੰਦਾ ਸੀ ਤੇ ਕਿੰਨੇ ਚਿਰ ਤੋਂ ਉਸ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਨਾ ਚੰਗੀ ਨਾ ਮੰਦੀ ਪਰੇ ਮੋਟਰ ਕਿੰਨੀ ਤੇਜ਼ ਉਹ ਚਲਾ ਰਿਹਾ ਸੀ ਮੂਡ ਖਰਾਬ ਸੀ ਤੇ ਮੋਟਰ ਤੇਜ਼ ਚਲਾ ਰਿਹਾ ਸੀ ਇਹ ਵੀ ਕੋਈ ਗੱਲ ਹੋਈ ਬੱਚੇ ਮੋਟਰ 'ਚ ਸੁੱਤੇ ਪਏ ਸਨ ਇੱਕ ਪਿਛਲੀ ਸੀਟ ਉੱਤੇ ਇੱਕ ਅਗਲੀ ਸੀਟ ਉੱਤੇ ਪਿਛਲਾ ਮੋੜ ਮੁੜਿਆ ਤੇ ਉਹਨੂੰ ਬ੍ਰੇਕਾਂ ਲਾਣੀਆਂ ਪਈਆਂ ਸਨ ਤੇ ਇਸ ਮੋੜ ਤੇ ਫਿਰ ਉਸ ਬ੍ਰੇਕਾਂ ਲਾਈਆਂ ਸਨ ਪਹੀਆਂ ਦੇ ਖਿਸਟਣ ਦੀ ਆਵਾਜ਼ ਆਈ ਸੀ ਮੋਟਰ ਜਿਵੇਂ ਕਾਬੂ ਤੋਂ ਬਾਹਰ ਹੋ ਰਹੀ ਹੋਵੇ ਪਰ ਡਰਦੀ ਉਹਨੂੰ ਕੁਝ ਨਹੀਂ ਗਿਆ ਮਰਦ ਦਾ ਮੂਡ ਖਰਾਬ ਸੀ ਤੇ ਹੁਣ ਉਹਨੂੰ ਲੱਗਦਾ ਜਿਵੇਂ ਉਹਦਾ ਆਪਣਾ ਵੀ ਮੂਡ ਖਰਾਬ ਹੋ ਰਿਹਾ ਹੋਵੇ ਬੱਚੇ ਸੁੱਤੇ ਪਏ ਸਨ ਖਾਵੰਦ ਨੇ ਨੱਕ ਵੱਟਿਆ ਹੋਇਆ ਸੀ ਤੇ ਜੇ ਮੋਟਰ ਦਾ ਪਹੀਆ ਪੰਚਰ ਹੋ ਗਿਆ ਸੀ ਤੇ ਇਸ 'ਚ ਕਿਸੇ ਦਾ ਕੀ ਕਸੂਰ ਸੀ ਅਗਲੇ ਮੋੜ ਤੇ ਮੋਟਰ ਫੇਰ ਗੋਲੇ ਤੋਂ ਉਤਰ ਕੱਚੇ 'ਚ ਚਲੀ ਗਈ ਸੀ ਇੰਨਾ ਝਟਕਾ ਲੱਗਾ ਸੀ ਪਹੀਏ ਦੀ ਰਗੜ ਦੀ ਆਵਾਜ਼ ਆਈ ਸੀ ਇਸ ਸੜਕ ਤੇ ਮੋੜ ਵੀ ਕਿੰਨੇ ਸਨ ਮੋੜ ਤੇ ਚੜ੍ਹਾਈ ਇਹ ਤੁਸੀਂ ਮੋਟਰ ਕਿਵੇਂ ਚਲਾ ਰਹੇ ਹੋ ਆਖਰੋਤੁਰਿਆ ਨਾ ਗਿਆ ਉਹਦੇ ਖਾਵੰਦ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹਦੇ ਮੂੰਹ ਤੇ ਜਿਵੇਂ ਕਿਸੇ ਚਪੇੜ ਕੱਡ ਮਾਰੀ ਹੋਵੇ ਜਿਹੜਾ ਇਹ ਉਹਦੀ ਗੱਲ ਦਾ ਉਹ ਜਵਾਬ ਨਹੀਂ ਦਿੰਦਾ ਸੀ ਉਹਨੂੰ અત્યੰਤ ਬੁਰਾ ਲੱਗਦਾ ਸੀ ਇਸ ਤੋਂ ਤੇ ਉਹਨੂੰ ਡਾਂਟ ਦੇਵੇ ਝਾੜ ਦੇਵੇ ਕਹਿ ਦੇਵੇ ਤੂੰ ਬੇਉਦਾਰਤ ਜਿਵੇਂ ਇੱਕ ਵਾਰ ਉਹਨੇ ਕਿਹਾ ਸੀ ਗੁੱਸੇ 'ਚ ਖਫਾ ਹੋ ਰਿਹਾ ਉਹਦਾ ਖਵੰਦੂ ਨੂੰ ਕਿੰਨਾ ਪਿਆਰਾ ਲੱਗਦਾ ਸੀ ਪਰ ਇਹ ਅੰਦਰੋਂ ਅੰਦਰ ਕ੍ਰਿਜਰਿਆ ਆਦਮੀ ਨੂੰ ਜ਼ਰਾ ਨਹੀਂ ਸੀ ਪਾਉਂਦਾ ਕੋਈ ਗੱਲ ਵੀ ਹੋਈ ਆਪਣਾ ਵੀ ਲਹੂ ਸੁਕਾਇਆ ਅਗਲੇ ਦੇ ਪ੍ਰਾਣ ਵੀ ਸੰਕਟ 'ਚ ਝੋਕੀ ਰੱਖੇ ਚੜ੍ਹਾਈ ਕਿੰਨੀ ਸੀ ਕਿੰਨੇ ਚਿਰ ਤੋਂ ਮੋਟਰ ਉੱਤੇ ਉੱਤੇ ਚੜਦੀ ਜਾ ਰਹੀ ਸੀ ਉਹਦਾ ਆਖਾ ਬੰਦ ਮੁੜ ਮੁੜ ਗियर ਬਦਲਦਾ ਇਹ ਚੜਾਈ ਤੇ ਬਸ ਡਾਕ ਬੰਗਲੇ ਤੇ ਜਾ ਕੇ ਖਤਮ ਹੋਏਗੀ ਚੱਲ ਮੁਟ ਰਹੀ ਸੀ ਤੇ ਉਹਨੂੰ ਲੱਗਦਾ ਜਿਵੇਂ ਸਾਰਾ ਜ਼ੋਰ ਉਹਨੂੰ ਆਪ ਲਾਣਾ ਪੈ ਰਿਆ ਸੀ ਹਮੇਸ਼ਾ ਇੰਜ ਹੁੰਦਾ ਮੋਟਰ ਨੂੰ ਛਰੀਟ ਲੱਗ ਜਾਏ ਉਹਨੂੰ ਐਵੇਂ ਮਹਿਸੂਸ ਹੁੰਦਾ ਜਿਵੇਂ ਉਹਦੀ ਵੱਖੀ ਚ ਖਰਾਸ਼ ਆ ਗਈ ਹੋਵੇ ਤੇਵੇਂ ਚੜਾਈ ਚੜਦੀ ਹੋਈ ਮੋਟਰ ਨੂੰ ਵੇਖ ਉਹਦਾ ਅੰਗ ਅੰਗ ਥੱਕਦਾ ਜਾ ਰਿਹਾ ਸੀ ਹੈ ਮੋਟਰ ਰੁੱਕ ਗਈ ਸੀ ਹੁਣ ਕੀ ਹੋਇਆ ਸੀ ਪਗਏ ਤੇ ਠੀਕ ਸੰਤੇ ਉਹਦਾ ਖਾਵੰਦ ਚ ਚਲਾਂਦੀ ਦੁਪਹਿਰ ਚ ਸਿਰ ਮਾਰ ਲੱਥਾ ਉਹਨੂੰ ਕੁਝ ਸਮਝ ਨਹੀਂ ਆਈ ਕਿਉਂ ਰੁਕੀ ਸੀ ਪਸੀਨਾ ਪਸੀਨਾ ਹੋਏ ਬੱਚੇ ਵੀ ਉੱਠ ਗਏ ਸਨ ਸਾਹਮਣੇ ਡਾਕ ਬੰਗਲਾ ਸੀ ਉਹ ਸੋਚਦੀ ਕਮੀਲ ਹੋਏਗਾ ਉਹਦੇ ਖਾਵੰਦ ਦਾ ਖਿਆਲ ਸੀ ਦੂਰੀ 2 ਮੀਲ ਤੋਂ ਘੱਟ ਨਹੀਂ ਸੀ ਨਾਲੇ ਚੜ੍ਹਾਈ ਸੀ ਬੱਚਿਆਂ ਦੇ ਨਾਲ ਇਸ ਧੁੱਪ ਵਿੱਚ ਤੇ ਇੱਕ ਫਰਲਾਂਗ ਵੀ ਤੁਰਨਾ ਮੁਸ਼ਕਲ ਸੀ ਕੁੱਤੀ ਸੜਕ ਕਿਤੇ ਵੀ ਕੋਈ ਰੁੱਖ ਨਜ਼ਰ ਨਹੀਂ ਆਉਂਦਾ ਸੀ ਆਖਰ ਹਾਰ ਕੇ ਉਹਨਾਂ ਮੋਟਰ ਉੱਥੇ ਸੁੱਟੀ ਤੇ ਪੈਦਲ ਡਾਕ ਬੰਗਲੇ ਵੱਲ ਤੁਰ ਪਏ। ਵੱਡੀ ਤੇ ਤੇਜ਼ ਸੀ। ਆਪਣੇ ਆਪ ਤੁਰਦੀ ਜਾ ਰਹੀ ਸੀ। ਨਿੱਕੇ ਨੂੰ ਕਦੀ ਖਾਬੰਦ ਕੁਛੜ ਲੈਂਦਾ ਕਦੀ ਤ੍ਰਿੰਮਤ। ਜਿਹੜੇ ਬੱਚੇ ਨੂੰ ਚੁੱਕਦਾ ਉਹ ਨਾਸ਼ਤੇ ਦਾਣ ਦੂਜੇ ਨੂੰ ਫੜਾ ਦਿੰਦਾ। ਡਾਕ ਬੰਗਲੇ ਤੱਕ ਪਹੁੰਚਣਾ ਵੀ ਇੱਕ ਮੁਸੀਬਤ ਬਣ ਗਿਆ ਸੀ। ਜਿਉਂ-ਜਿਉਂ ਅੱਗੇ ਹੁੰਦੇ ਤਿਆਂ ਤੋਂ ਡਾਕ ਬੰਗਲਾ ਪਿੱਛੇ-ਪਿੱਛੇ ਤੁਰਦਾ ਜਾਂਦਾ। ਰਸਤੇ 'ਚ ਉਹਨਾਂ ਬੱਚੇ ਨੂੰ ਚੁੱਕਣ ਲਈ ਇੱਕ ਮਜ਼ਦੂਰ ਕੀਤਾ ਤੇ ਥਾਂ-ਥਾਂ ਤੇ ਪੜਾ ਕਰਦੇ। ਕੋਈ 2 ਵਜੇ ਉਹ ਡਾਕ ਬੰਗਲੇ ਪੁੱਜੇ ਸਭ ਦੇ ਮੂੰਹ ਲਾਲ ਸਭ ਦੇ ਮੱਥੇ ਤੇ ਪਸੀਨਾ ਸਭ ਦੇ ਸਭ ਭੁੱਖੇ ਪਾਣੇ ਸਾਹ ਸੱਤਹੀਨ ਸਭ ਦਾ ਮિજાਜ ਖਰਾਬ ਸਭ ਇੱਕ ਦੂਜੇ ਨੂੰ ਖਾਣ ਨੂੰ ਪੈਲੇ ਡਾਕ ਬੰਗਲਾ ਅੱਗੇ ਲੱਗ ਚੁੱਕਾ ਸੀ ਚੌਕੀਦਾਰ ਨੇ ਕਿਹਾ ਤੁਸੀਂ 8 ਵਜੇ ਆਉਣ ਦਾ ਲਿਖਿਆ ਸੀ ਮੈਂ 10 ਵਜੇ ਤੱਕ ਉਡੀਕ ਕੀਤੀ ਤੇ ਫਿਰ ਕੋਈ ਹੋਰ ਅਫਸਰ ਆ ਗਿਆ ਤੇ ਡਾਕ ਬੰਗਲਾ ਉਸੋ ਦੇ ਹਵਾਲੇ ਕਰ ਦਿੱਤਾ ਸੀ ਪਰ ਇਹ ਕਿੰਜ ਹੋ ਸਕਦਾ ਇੱਥੇ ਤੇ ਇੰਜ ਹੀ ਹੁੰਦਾ ਸੀ ਕੋਈ ਨਵਾਂ ਵਿਆਹਿਆ ਜੋੜਾ ਸੀ 10 ਵਜੇ ਉਹ ਆਏ ਚੌਕੀਦਾਰ ਨਾ ਨੁੱਕਰ ਕਰਦਾ ਰਿਹਾ ਉਹਨਾਂ ਆਪਣਾ ਸਮਾਨ ਅੰਦਰ ਰੱਖ ਲਿਆ ਪਹਿਲੇ ਬਾਹਰ ਟਹਿਲਦੇ ਰਹੇ ਫਿਰ ਤਾਸ਼ ਖੇਡਦੇ ਰਹੇ ਫਿਰ ਉਹਨਾਂ ਖਾਣਾ ਖਾਦਾ ਤੇ ਹੁਣ ਸੁੱਤੇ ਪਏ ਸਾਨੂੰ ਤੋਂ ਸਮਾਂ ਵੀ ਕਿਹੜਾ ਹੋਣ ਵਾਲਾ ਸੀ ਹਾਂ ਗੋਲ ਕਮਰਾ ਖਾਲੀ ਸੀ ਜੇ ਉਹ ਚਾਹਣ ਤਾਂ ਝਟਕੜੀ ਉਸ 'ਚ ਸੁਸਤਾ ਸਕਦੇ ਸਨ ਫਿਰ ਇਹ ਕਿੰਜ ਹੋ ਸਕਦਾ ਚੌਕੀਦਾਰ ਨੇ ਕਿਤਾਬ ਲਿਆ ਕੇ ਦੱਸੀ ਇਹ ਤਾਂ ਕਿਸੇ ਮਨਿਸਟਰ ਦਾ ਪੁੱਤਰ ਸੀ ਉਹਨਾਂ ਦਾ ਸਾਰਾ ਗੁੱਸਾ ਠੰਡਾ ਹੋ ਗਿਆ। ਤ੍ਰਿਮਤ ਦਾ ਵੀ ਖਾਵੰਦ ਦਾ ਵੀ ਤੇ ਫਿਰ ਉਹ ਆਪਣੇ ਬੱਚਿਆਂ ਦਾ ਮੂੰਹ ਹੱਥੋਂ ਆ ਕੇ ਉਹਨਾਂ ਨੂੰ ਖਾਣ ਪੀਣ ਦਾ ਪ੍ਰਬੰਧ ਕਰਨ ਲੱਗੀ ਤੇ ਉਹਦਾ ਖਾਵੰਦ ਪਿੱਛੇ ਮਿਨਿਸਟਰ ਦੇ ਡਰਾਈਵਰ ਨੂੰ ਟੋਲਣ ਗਿਆ ਤਾਂ ਜੇ ਮੋਟਰ ਦਾ ਕੁਝ ਹੋ ਸਕੇ। ਬੱਚਿਆਂ ਨੂੰ ਖਾਣਾ ਖਵਾ ਕੇ ਤ੍ਰਿਮਤ ਖਾਵੰਦ ਦੀ ਉਡੀਕ ਕਰਨ ਲੱਗੀ। ਉਥੇ ਡਰਾਈਵਰ ਦੇ ਨਾਲ ਮੋਟਰ ਨੂੰ ਠੀਕ ਕਰਾਉਣ ਤੁਰ ਗਿਆ ਸੀ। ਉੰਜ ਦਾ ਉੰਜ ਭੁੱਖਾ ਪਾਣਾ। ਬੱਚੇ ਖਾਣਾ ਖਾ ਕੇ ਅੰਦਰ ਗੋਲ ਕਮਰੇ ਦੇ ਸੋਫਿਆਂ ਤੇ ਲੇਟੇ ਹੋਏ ਸਨ। ਉਹ ਆ ਬਾਰ ਬਰੰਡੀ ਤੇ ਕाराम ਕੁਰਸੀ ਤੇ ਢੇਰੀ ਹੋਈ ਪਈ ਸੀ ਉਹ ਸੋਚਦੀ ਉਸਤੇ ਅੱਜ ਸਵੇਰ ਦਾ ਮੂੰਹ ਵੀ ਨਹੀਂ ਧੋਤਾ ਸੀ ਵਾਲਾਂ ਨੂੰ ਕੰੰਗੀ ਨਹੀਂ ਕੀਤੀ ਸੀ ਚੰਗਾ ਹੋਇਆ ਨਵਾਂ ਵਿਆਹਿਆ ਜੋੜਾ ਅੰਦਰ ਸੁੱਤਾ ਪਿਆ ਸੀ ਨਹੀਂ ਤੇ ਉਹਨਾਂ ਨੂੰ ਇਹ ਕੀ ਬੁੱਥੀ ਵਖਾੰਦੀ ਤੇ ਫਿਰ ਉਹਦਾ ਖਾਵੰਦ ਆਵਿਆ ਮੋਟਰ ਠੀਕ ਹੋ ਗਈ ਸੀ ਉਸ ਪੁੱਛਿਆ ਕੀ ਖਰਾਬੀ ਸੀ ਉਹਦੇ ਖਾਵੰਦ ਨੇ ਕੋਈ ਜਵਾਬ ਨਹੀਂ ਦਿੱਤਾ ਬੱਚੇ ਮੋਟਰ ਨੂੰ ਠੀਕ ਹੋਈ ਵੇਖ ਦੌੜ ਕੇ ਉਹਦੇ 'ਚ ਜਾ ਬੈਠੇ ਉਦੇ ਖਾਵੰਦ ਦੀ ਮਰਜ਼ੀ ਸੀ ਵਾਪਸ ਘਰ ਚੱਲਿਆ ਜਾਏ ਫਿਰ ਕਿਤੇ ਫੇਰ ਮੋਟਰ ਨੇ ਤੰਗ ਕੀਤਾ ਤਾਂ ਰਾਤ ਰਸਤੇ 'ਚ ਹੀ ਕੱਟਣੀ ਪੈਗੀ ਇਸ ਵਿੱਚ ਤਾਈ ਵੀ ਸਹਿਮਤ ਸੀ ਤੇ ਉਸ ਨਾਸਤੇਦਾਨ ਮੋਟਰ 'ਚ ਰੱਖ ਲਿਆ ਨਾ ਤ੍ਰਿਮਤ ਨੇ ਖਾਵੰਦ ਨੂੰ ਖਾਣ ਲਈ ਕਿਹਾ ਨਾ ਖਾਵੰਦ ਨੇ ਤ੍ਰਿਮਤ ਤੋਂ ਪੁੱਛਿਆ ਉਸ ਖਾਣਾ ਖਾਦਾ ਸੀ ਕਿ ਨਹੀਂ ਸਾਰਾ ਰਾ ਬੱਚੇ ਚੁੱਪਚਾਪ ਇਤੇ ਮੋਟਰ 'ਚ ਬੈਠੇ ਰਹੇ ਸਾਰਾ ਰਾ ਖਾਵੰਦ ਨੇ ਤ੍ਰਿਮਤ ਨਾਲ ਕੋਈ ਗੱਲ ਨਹੀਂ ਕੀਤੀ ਤ੍ਰਿਮਤ ਨੇਖਾ ਵੰਦਨ ਨਾਲ ਕੋਈ ਗੱਲ ਨਹੀਂ ਕੀਤੀ ਸ਼ਾਮਾਂ ਪੈ ਰਹੀਆਂ ਸਨ ਜਦੋਂ ਥੱਕੇ ਟੁੱਟੇ ਹਾਰੇ ਹੁੱਟੇ ਭੁੱਖੇ ਪਾਣੇ ਘਰ ਮੁੜਾਏ ਉਹ ਸਿੱਧੀ ਅੰਦਰ ਕਮਰੇ ਦੇ ਗਈ ਤੇ ਆਪਣੇ ਪਲੰਗ ਤੇ ਮੁਢੀ ਜਾ ਪਈ ਉਹਦਾ ਖਾਵੰਦ ਬਾਹਰ ਬਰਾਂਡੇ 'ਚ ਝਟ ਘੜੀ ਲਈ ਬੈਠਾ ਸਵੇਰ ਦਾ ਅਖਬਾਰ ਵੇਖਣ ਲੱਗਾ ਧੰਨਵਾਦ